ਜਦੋਂ ਕਦੇ ਪੰਜਾਬੀ ਦੀ ਗੱਲ ਕਰਦਾ ਫਾਂ ਫਾਂ ਕਰਦਾ ਫੂੰ ਫੂੰ ਆਉਂਦਾ। ਜਦੋਂ ਕਦੇ ਪੰਜਾਬੀ ਦੀ ਗੱਲ ਕਰਦਾ ਫਾਂ ਫਾਂ ਕਰਦਾ ਫੂੰ ਫੂੰ ਆਉਂਦਾ, ਉਹ ਫਾਂ ਫਾਂ ਕਰਦਾ ਫੂੰ ਫੂੰ ਆਉਂਦਾ, ਕਹਿੰਦਾ ਕੀ ਪੰਜਾਬੀ ਪੰਜਾਬੀ ਤੂੰ ਲਾਈ ਹੋਈ ਹੈ, ਚਾਹ ਚਾਹ ਕਰਦਾ ਚੂੰ ਚੂੰ ਆਉਂਦਾ। ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖੋਰੇ ਮੇਰੇ ਬੁੱਲਾਂ ਨੂੰ ਕਿਉਂ ਸੂਯੂ ਆਉਂਦਾ। ਇਹ ਮਾਂ ਅਤੇ ਪੁੱਤਰਾਂ ਦੀ ਗੱਲ ਹੈ ਆਪਸ ਵਿੱਚ, ਅਤੇ ਇਹਦੇ ਵਿੱਚ ਖੋਰੇ ਤੀਸਰਾ ਕਿਉਂ ਆਉਂਦਾ, ਇਹਦੇ ਵਿੱਚ ਤੀਸਰਾ ਕਿਉਂ ਆਉਂਦਾ। ਉਸਤਾਦ ਦਾਮਨ ਸਾਹਿਬ ਦੀਆਂ ਲਾਈਨਾਂ ਨੇ ਜੀ ਇਹ ਪੰਜਾਬੀ ਮਾਂ ਬੋਲੀ ਬਾਰੇ, ਕਿ ਮਾਂ ਪੁੱਤਰਾਂ ਦੀ ਗੱਲ ਹੈਗੀ ਹੈ, ਤੀਜਾ ਬੰਦਾ ਕਿਉਂ ਆਉਂਦਾ, ਵੀ ਤੁਸੀਂ ਆਹ ਨਹੀਂ ਬੋਲਣਾ ਉਹ ਨਹੀਂ ਬੋਲਣਾ। ਉਹਨਾਂ ਪਰਿਵਾਰਾਂ ਵਾਸਤੇ ਖਾਸ ਤੌਰ 'ਤੇ ਲਾਈਨਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਕਿਹਾ ਜਾਂਦਾ ਪੰਜਾਬ ਦੀ ਗੱਲ ਕਰਨੀ ਅਤੇ ਇੱਧਰਲੀ ਕਿ ਪੰਜਾਬੀ ਨਹੀਂ ਬੋਲਣੀ ਹੈ, ਪੰਜਾਬੀ ਨਹੀਂ ਬੋਲਣੀ ਹੈ, ਪੰਜਾਬੀ ਨਹੀਂ ਬੋਲਣੀ। ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ। ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਆਪਾਂ ਕਹਿ ਦਿੰਦੇ, ਅਕਸਰ ਅਸੀਂ ਵੀ ਇਹ ਬਹੁਤ ਵਾਰੀ ਕਹਿੰਦੇ ਹਾਂ ਔਰ ਦੁਨੀਆ ਵੀ ਮੰਨਦੀ ਹੈ ਵੈਸੇ ਤਾਂ, ਕਿ ਪੰਜਾਬੀਆਂ ਦੀ ਸ਼ਾਨ ਵੱਖਰੀ। ਅਸੀਂ ਪੰਜਾਬੀ ਜਿਹੜੇ ਹੈਗੇ ਨੇ ਦੁਨੀਆ ਤੋਂ ਵੱਖਰੀ ਇੱਕ ਕੌਮ ਗਿਣੇ ਜਾਂਦੇ ਹਾਂ ਜਾਂ ਸਮਝਦੇ ਹਾਂ। ਉਹਦੇ ਕਈ ਕਾਰਨ ਨੇ, ਕੀ ਕਾਰਨ ਨੇ, ਕਿਹੜੀਆਂ ਗੱਲਾਂ ਨੇ, ਉਹ ਬਾਅਦ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਥੋੜ੍ਹੀ ਜਿਹੀ ਅਪਡੇਟ ਜਿਹੜੀ ਹੈਗੀ ਆ ਉਹ ਕਰ ਲਈਏ। ਕੋਰੋਨਾ ਦੀ ਅਪਡੇਟ ਦੀ ਆਪਾਂ ਗੱਲ ਕਰਦੇ ਹਾਂ। ਕੋਰੋਨਾ ਦੀ ਅਪਡੇਟ ਇੰਡੀਆ ਦੀ ਸਭ ਨੂੰ ਪਤਾ ਹੀ ਆ ਜੀ, 2.5 ਲੱਖ ਦੇ ਕੇਸ ਰੋਜ਼ ਆਉਂਦਾ ਸਾਹਮਣੇ। ਅਤੇ ਗੱਲ ਜੇ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਹਰ ਦੱਸਦੇ ਵੀ ਜਿਹੜੇ ਮਾਹਰ ਹੁੰਦੇ ਨੇ ਕਿ 5 ਲੱਖ ਤੱਕ ਦਾ ਕੇਸ ਰੋਜ਼ ਆ ਸਕਦਾ। ਇਹ ਨਹੀਂ ਪਤਾ ਵੀ ਜਿਹੜੀ ਟੀਕਾ ਲਾਉਂਦੇ ਨੇ ਉਹ ਕਿੱਥੇ ਆ, ਕਿਉਂ ਨਹੀਂ ਆ ਸਕਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਮੁਲਕਾਂ ਨੇ ਭਾਰਤ ਤੋਂ ਆਪਣੇ ਮੁਲਕਾਂ ਨੂੰ ਫਲਾਈਟਾਂ ਜਮ੍ਹਾਂ ਬੰਦ ਕਰਤੀਆਂ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਚਾਹੇ ਕੋਈ ਨਿਊਜ਼ੀਲੈਂਡ ਦਾ ਸਿਟੀਜਨ ਵੀ ਆ, ਚਾਹੇ ਉਹਦੇ ਦੋਨੋਂ ਟੀਕੇ ਲੱਗੇ ਹੋਏ ਆ, ਸਾਡੇ ਹੱਥ ਬੰਨੇ ਕਹਿੰਦੇ ਭਾਈ ਤੁਸੀਂ ਹਜੇ ਉੱਥੇ ਹੀ ਰਹੋ ਜਿੱਥੇ ਹੈਗੇ ਹੋ। ਸੋ ਇੰਗਲੈਂਡ ਨੇ ਵੀ ਕਰਤਾ, ਔਰ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਅਮਰੀਕਾ ਤੋਂ ਗਏ ਹੋਏ ਨੇ ਇੰਡੀਆ ਦੇ ਵਿੱਚ, ਅਤੇ ਉਹ ਪਰਮਾਤਮਾ ਭਲੀ ਕਰੇ ਕਿਤੇ ਉੱਥੇ ਸਟੱਕ ਹੋ ਗਏ ਅਤੇ ਫਿਰ ਇਹਦਾ ਕੋਈ ਹੱਲ ਨਹੀਂ ਹੈਗਾ। ਅਮਰੀਕਾ ਵੀ ਸੋਚ ਰਿਹਾ, ਹਜੇ ਇਹਨਾਂ ਨੇ ਕੀਤਾ ਨਹੀਂ। ਅਤੇ ਇੰਡੀਆ ਦੇ ਵਿੱਚ ਚਲਾਣ ਜਿਹੜੇ ਧੜਧੜ ਹੋ ਰਹੇ, ਸਾਨੂੰ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ। ਕੋਈ ਪੁਲਿਸ ਦੀ ਧੌਂਸ ਦਿੰਦਾ, ਕੋਈ ਕਹਿੰਦਾ ਮੇਰਾ ਪਿਓ ਪੁਲਿਸ ਦੇ ਵਿੱਚ ਆ, ਤੂੰ ਕਿੱਦਾਂ ਚਲਾਣ ਕੱਟ ਦੇਗਾ, ਚੇਕ ਕਰ ਦੇਗਾ, ਵੋ ਕਰ ਦੇਗਾ। ਉੱਥੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜੀ, ਕਿ ਸਕੂਟਰ 'ਤੇ ਜਾ ਰਿਹਾ, ਪਤੀ ਨੇ ਮਾਸਕ ਪਾਇਆ ਹੋਇਆ, ਪਿੱਛੇ ਬੈਠੀ ਪਤਨੀ ਨੇ ਮਾਸਕ ਨਹੀਂ ਪਾਇਆ। ਪੁਲਿਸ ਵਾਲਿਆਂ ਨੇ ਰੋਕਿਆ, ਰੋਕ ਕੇ ਪੁੱਛਿਆ ਦੱਸਿਆ, ਅਤੇ 2000 ਰੁਪਈਏ ਦਾ ਚਲਾਨ ਕੱਟ ਕੇ ਪਤੀ ਦੇ ਹੱਥ 'ਚ ਫੜਾ ਦਿੱਤਾ। ਇੱਕ ਹੱਥ ਨਾਲ ਪਤੀ ਨੇ ਚਲਾਨ ਫੜਿਆ ਅਤੇ ਦੂਜੇ ਹੱਥ ਨਾਲ ਪਤਨੀ ਦੇ ਤੜਾਕ ਦੇ ਨਾਲ ਥੱਪੜ ਮਾਰਿਆ। ਪੁਲਿਸ ਵਾਲੇ ਬੜੇ ਹੈਰਾਨ ਹੋਏ ਵੀ ਇਹ ਕੀ ਚੱਕਰ ਹੈ। ਉਹ ਕਹਿੰਦਾ ਜੀ ਮੈਂ ਇਹਨੂੰ ਘਰੋਂ ਮਿੰਨਤਾਂ ਕਰੀ ਜਾਂਦਾ ਜਾਂ ਕਹੀ ਜਾਂਦਾ ਵੀ ਤੂੰ ਮਾਸਕ ਪਾ ਲਾ, ਮਾਸਕ ਪਾ ਲਾ, ਪਾਇਆ ਨਹੀਂ, ਹੁਣ 2000 ਤਾਂ ਮੈਨੂੰ ਹੀ ਦੇਣਾ ਪੈਣਾ ਨਾ, ਇਹਨੇ ਤਾਂ ਨਹੀਂ ਦੇਣਾ। ਸੋ ਜੀ ਇਹ ਗਾਈਡਲਾਈਨਾਂ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਪੈਣੀਆਂ, ਬਹੁਤ ਸਾਰਾ ਧਿਆਨ ਰੱਖਣਾ ਪੈਣਾ। ਹੁਣ ਅਸੀਂ ਗੱਲ ਕਰੀਏ ਇਸ ਸੈਗਮੈਂਟ ਦੇ ਵਿੱਚ, ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ, ਕੋਈ ਕਾਲ ਆ ਗਈ ਤਾਂ ਆਪਾਂ ਕਾਲ ਵੀ ਲੈ ਲਾਂਗੇ, ਅਤੇ ਅਗਲੇ ਸੈਗਮੈਂਟ ਤੋਂ ਇਸ ਤੋਂ ਸੈਗਮੈਂਟ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਸਾਡੇ ਨਾਲ ਜੁੜਦੇ ਨੇ ਹਰ ਮੰਗਲਵਾਰ। ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ, ਬਹੁਤ ਸਾਰੀ ਸਿਹਤ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ। ਸੋ ਅੱਜ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਕਰਾਂਗੇ। ਤੁਸੀਂ ਉਹਨਾਂ ਨੂੰ ਕਾਲ ਕਰਨ ਵਾਸਤੇ ਇਹੀ ਸਟੂਡੀਓ ਦਾ ਨੰਬਰ ਹੈਗਾ, ਉੱਤੇ ਤੁਸੀਂ ਗੱਲ ਕਰ ਸਕਦੇ ਹੋ। ਡਾਕਟਰ ਨਵਦੀਪ ਸ਼ਰਮਾ ਸਾਡੇ ਨਾਲ ਇਸ ਸੈਗਮੈਂਟ ਤੋਂ ਬਾਅਦ ਜੁੜਨਗੇ। ਹੁਣ ਗੱਲ ਕਰੀਏ ਜੀ, ਕਹਿੰਦੇ ਅਸੀਂ ਪੰਜਾਬੀਆਂ ਦੀ ਸ਼ਾਨ ਵੱਖਰੀ ਅਤੇ ਪੰਜਾਬੀ ਦੁਨੀਆਂ ਤੋਂ ਵੱਖਰੇ। ਬੜੇ ਅਸੀਂ ਕਈ ਵਾਰ ਆਪਣੇ ਆਪ ਨੂੰ ਪੰਪ ਮਾਰ ਜਾਂਦੇ ਜ਼ਿਆਦਾ, ਪਰ ਇਕੱਲੇ ਚੰਗੇ ਕੰਮਾਂ 'ਚ ਦੁਨੀਆਂ ਤੋਂ ਵੱਖਰੇ ਨਹੀਂ ਹੈਗੇ, ਹੋਰ ਕੰਮਾਂ 'ਚ ਵੀ ਪੰਜਾਬੀ ਕਈ ਦੁਨੀਆਂ ਤੋਂ ਵੱਖਰੇ ਹੈਗੇ ਆ। ਮੈਨੂੰ ਯਾਦ ਹੈ ਵੀ ਜਦੋਂ ਇੱਕ ਬੰਦਾ ਜਿਹੜਾ ਪੰਜਾਬੀ ਕੋਈ ਕੰਮ ਕਰਦਾ, ਖਾਸ ਤੌਰ 'ਤੇ ਸਰਦਾਰ ਦਸਤਾਰ ਸਜਾਈ ਹੋਈ ਆ ਕੋਈ, ਉਹ ਕੋਈ ਕੰਮ ਕਰਦਾ ਚੰਗਾ ਤਾਂ ਉਹ ਵੀ ਪੂਰੀ ਦੁਨੀਆ ਦੇਖਦੀ ਹੈ, ਜੋ ਕੋਈ ਮਾੜਾ ਕੰਮ ਕਰਦਾ ਉਹ ਵੀ ਪੂਰੀ ਦੁਨੀਆ ਦੇਖਦੀ ਹੈ। ਪਰ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਸਲਾਉਣ ਵਾਲੇ ਘੱਟ ਹੁੰਦੇ ਆ, ਉੱਦਾਂ ਦਾ ਕਹਿਣ ਵਾਲੇ ਘੱਟ ਹੁੰਦੇ ਵੀ ਸਾਰੇ ਹੀ ਪੰਜਾਬੀ ਇੱਦਾਂ ਦੇ ਨੇ। ਪਰ ਜੇ ਕੋਈ ਮਾੜਾ ਕੰਮ ਕਰਦਾ ਤਾਂ ਇਹ ਫਿਰ ਪੂਰੀ ਦੁਨੀਆ ਹੀ ਇਹ ਕਹਿਣ ਲੱਗ ਪੈਂਦੀ ਹੈ ਵੀ ਭਾਈ ਸਾਰੇ ਪੰਜਾਬੀ ਇੱਦਾਂ ਦੇ ਆ। ਮੈਨੂੰ ਯਾਦ ਹੈ ਜੀ ਜਦੋਂ ਆਪਣਾ ਕਬੂਤਰਬਾਜ਼ੀ ਦਾ ਇੱਕ ਕਾਂਡ ਹੋਇਆ ਸੀਗਾ,
ਕਲਾਕਾਰ ਨੇ ਕੀਤਾ ਸੀਗਾ ਤੇ ਬੜਾ ਰੌਲਾ ਪਿਆ ਸੀਗਾ ਤੇ ਉਦੋਂ ਤਕਰੀਬਨ ਸਾਰੇ ਕਲਾਕਾਰਾਂ ਨੂੰ ਹੀ ਸਮਝਣ ਲੱਗ ਪਏ ਸੀ ਵੀ ਇਹ ਕਬੂਤਰਬਾਜ਼ ਹੀ ਨੇ, ਜਦਕਿ ਸਾਰੇ ਨਹੀਂ ਹੁੰਦੇ, ਬਾਹਲੇ ਹੋ ਸਕਦੇ ਸਾਰੇ ਨਹੀਂ ਹੁੰਦੇ। ਹੁਣ ਇੱਕ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਐਸਾ ਕੇਸ ਹੋਇਆ ਜਿਹਦੇ ਤੋਂ ਹਰ ਬੰਦੇ ਨੂੰ ਲੱਗਣ ਲੱਗ ਪਿਆ ਵੀ ਯਾਰ ਸਾਰੇ ਪੰਜਾਬੀ ਇੱਦਾਂ ਦੇ ਹੁੰਦੇ ਨੇ, ਅਤੇ ਪੰਜਾਬੀਆਂ ਨੂੰ ਕਸੂਤੀ ਨਜ਼ਰ ਦੇ ਨਾਲ ਸਾਰੇ ਬੰਦੇ ਦੇਖਣ ਲੱਗ ਪੈਂਦੇ ਨੇ, ਗੋਰੇ ਵੀ ਅਤੇ ਆਪਣੇ ਪੰਜਾਬੀ ਵੀ। ਗੋਰੇ ਗੱਲ ਮੈਂ ਕਰਦਾ, ਮੇਰੇ ਖਿਆਲ ਸਮਝ ਗਏ ਹੋਣਗੇ ਸਾਡੇ ਦਰਸ਼ਕ ਕਿ ਜਿਹੜਾ ਆਹ ਨਸ਼ਾ ਤਸਕਰੀ ਦਾ ਬੜਾ ਵੱਡਾ ਪਰਦਾ ਫਾਸ਼ ਹੋਇਆ, ਮੈਂ ਪਹਿਲੀ ਵਾਰ ਦੇਖਿਆ ਜ਼ਿੰਦਗੀ ਦੇ ਵਿੱਚ 30 ਦਿਨਾਂ ਦੇ ਵਿੱਚ 60 ਪੰਜਾਬੀ ਫੜ ਲਏ, 60 ਪੰਜਾਬੀ, ਔਰ ਕਿੱਡਾ ਵੱਡਾ ਗਰੋਹ ਹੋਏਗਾ। ਅਸੀਂ ਹੋਰਾਂ ਮੁਲਕਾਂ ਨੂੰ, ਹੋਰਾਂ ਕਈ ਲੋਕਾਂ ਨੂੰ ਕੋਸਦੇ ਹਾਂ ਵੀ ਭਾਈ ਗਰੋਹ ਬਣਾ ਕੇ ਲੁੱਟਦੇ ਨੇ। 60 ਬੰਦੇ ਹਜੇ ਫੜੇ ਗਏ ਨੇ ਅਤੇ ਬਾਕੀ ਹਜੇ ਕੀ ਹੋਣਾ ਇਹ ਨਹੀਂ ਪਤਾ, ਮਹੀਨਾ ਵੀ ਨਹੀਂ ਹੋਇਆ ਅਜੇ ਇਸ ਕੇਸ ਨੂੰ, ਇਹ ਥੋੜ੍ਹੇ ਦਿਨ ਹੀ ਹੋਇਆ ਸੀ ਜਦੋਂ ਗਏ ਸੀ ਮਿਡਵੈਸਟ ਦੇ ਵਿੱਚ, ਉਦੋਂ ਕੇਸ ਹੋਇਆ ਸੀਗਾ। ਹੁਣ ਹਰ ਬੰਦੇ ਦੇ ਦਿਮਾਗ 'ਚ ਇਹ ਬੈਠਾ ਵੀ ਪੰਜਾਬੀ ਜੇ ਟਰੱਕ ਚਲਾਉਂਦਾ ਤਾਂ ਲੈ ਵੀ ਕੁਛ ਨਾ ਕੁਛ ਤਾਂ ਗਲਤ ਕਰਦਾ ਆਊ। ਇੱਕ ਬੰਦਾ ਦੱਸਦਾ ਸੀ ਮੈਨੂੰ, ਕਿਸੇ ਨੇ ਪੁੱਛਿਆ ਡਰਾਈਵਰ ਨੇ ਗੋਰੇ ਨੇ ਵੀ ਤੂੰ ਕੀ ਕਰਦਾ ਕੰਮ, ਕਹਿੰਦਾ ਮੈਂ ਟਰੱਕ ਚਲਾਉਂਦਾ। ਕਹਿੰਦਾ ਫਿਰ ਤਾਂ ਫਿਰ ਤੂੰ ਬੰਦੇ ਵੀ ਸਮਗਲ ਕਰਦਾ ਹੋਏਗਾ। ਉਹ ਕਹਿੰਦਾ ਜੀ ਤੈਨੂੰ ਕੌਣ ਕਹਿੰਦਾ ਪੰਜਾਬੀ ਟਰੱਕ 'ਚ ਬੰਦੇ ਸਮਗਲ ਕਰਦੇ? ਉਹ ਕਹਿੰਦਾ ਮੈਂ ਖਬਰਾਂ ਪੜ੍ਹਦਾ। ਅਤੇ ਹੁਣ ਜਦੋਂ ਦਾ ਨਸ਼ਾ ਤਸਕਰੀ ਦਾ ਕੇਸ ਹੋਇਆ ਐਡਾ ਵੱਡਾ, ਅਤੇ ਜੇ ਕੋਈ ਬੰਦਾ ਮਹਿੰਗੀ ਕਾਰ ਲੈ ਲੈਂਦਾ ਨਾ ਕਾਰ, ਅਤੇ ਨਾਲ ਦਾ ਗਵਾਂਢੀ ਉਹੀ ਟੌਚ ਮਾਰਦਾ, ਬਾਈ ਗੇੜਾ ਲੱਗ ਗਿਆ ਲੱਗਦਾ ਕੋਈ, ਕਹਿਣ ਤੋਂ ਭਾਵ ਵੀ ਨਸ਼ੇ ਦਾ ਤੇਰਾ ਗੇੜਾ ਲੱਗ ਗਿਆ ਲੱਗਦਾ ਕਨੇਡਾ ਜਾਂ ਕਨੇਡਾ ਤੋਂ ਅਮੈਰੀਕਾ। ਇਹ ਵੱਡੇ ਪੱਧਰ 'ਤੇ ਇੱਕ ਜਿਹੜਾ ਕਾਂਡ ਹੋਇਆ ਸਾਡੇ ਏਰੀਏ ਦੇ, ਸਾਡੇ ਚਲੋ ਜਾਣ ਪਛਾਣ ਦੇ ਵੀ ਹੋਣਗੇ, ਤੁਹਾਡੇ ਵੀ ਹੋਣਗੇ, ਇਹਦੇ 'ਤੇ ਜਿੰਨਾ ਕੁ ਸਮਾਂ ਬਚਿਆ ਇਹ 'ਤੇ ਮੈਂ ਗੱਲ ਕਰਨੀ ਚਾਹੂੰਗਾ। ਤਾਂ ਵੈਸੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕ ਇਹ ਕੰਮ ਕਰਦੇ ਨੇ, ਖਾਸ ਤੌਰ 'ਤੇ ਡੋਡਿਆਂ ਦੀ ਗੱਲ ਕਰੀਏ ਤਾਂ ਕਨੇਡਾ ਦੇ ਵਿੱਚੋਂ ਕਾਫੀ ਮੇਰੇ ਖਿਆਲ ਆਉਂਦੇ ਨੇ ਲੁਕ ਲੁਕਾ ਕੇ। ਜੇ ਅਸੀਂ ਦੂਜੀ ਉੱਦਾਂ ਗੱਲ ਕਰੀਏ ਤਾਂ ਇੱਕ ਸਾਨੂੰ ਪਤਾ ਨਹੀਂ ਜੋ ਕੀ ਆ, ਇੱਕ ਸੱਚੀ ਗੱਲ ਆ, ਕਿਸੇ ਬੰਦੇ ਨੇ ਦੱਸੀ ਸੀ ਵੀ ਕਨੇਡਾ ਤੋਂ ਟੀਮ ਡਰਾਈਵਰ ਸੀ, ਘਰਵਾਲੀ ਵੀ ਟਰੱਕ ਚਲਾਉਂਦੀ ਸੀ ਅਤੇ ਘਰਵਾਲਾ ਵੀ ਟਰੱਕ ਚਲਾਉਂਦਾ ਸੀ। ਅਤੇ ਘਰਵਾਲੇ ਨੇ ਇੱਕ ਵਾਰੀ ਜਦੋਂ ਘਰਵਾਲੀ ਗਈ ਟਰੱਕ ਚਲਾਉਣ ਵਾਸਤੇ ਵੈਨਕੂਵਰ ਤੋਂ, ਕਿਤੇ ਉੱਧਰੋਂ ਆਈ ਹੋਈ ਅਮਰੀਕਾ ਦੇ ਵਿੱਚ, ਅਤੇ ਵਿੱਚ ਡੋਡੇ ਡੂਡੇ ਰੱਖਤੇ ਅਤੇ ਆਪਦੇ ਯਾਰ ਦੋਸਤ ਨਾਲ ਗੱਲ ਕਰ ਰਿਹਾ ਵੀ ਗਿਆ ਕੰਮ ਆਪਣਾ ਬਣ ਜਾਣਾ ਐਤਕੀ। ਉਹ ਕਹਿੰਦਾ ਵੀ ਯਾਰ ਜੇ ਭਰਜਾਈ ਨੂੰ ਕੁਛ ਹੋ ਗਿਆ ਫੜੀ ਗਈ, ਕਹਿੰਦਾ ਚਲੋ ਫਿਰ ਭਰਜਾਈ ਨਾ ਵੀ ਆ ਜੂ, ਜੇ ਲੰਘ ਗਏ ਡੋਡੇ ਤਾਂ ਫਿਰ ਆਪੇ ਵਾਰੇ ਨੇ ਆ ਰਹੇ, ਫਿਰ ਆਪਣਾ ਤਾਂ ਸਾਰਾ ਕੁਛ ਵਧੀਆ ਹੋ ਜੂਗਾ। ਸੋ ਇਹ ਸ਼ਾਇਦ ਜੋਕ ਆ, ਇਹ ਮੇਰੇ ਖਿਆਲ ਦੇ ਵਿੱਚ ਨਹੀਂ ਹੈ, ਪਰ ਅਸਲ ਦੇ ਵਿੱਚ ਅਸੀਂ ਜਿਹੜੀ ਗੱਲ ਕਰਦੇ ਹਾਂ ਟਰੱਕ ਡਰਾਈਵਰ ਸਾਰੇ ਇੱਦਾਂ ਦੇ ਨਹੀਂ ਹੁੰਦੇ, ਟਰੱਕਾਂ ਦੇ ਵਿੱਚ ਹੀ ਸਮਗਲ ਹੁੰਦੀ ਹੋਏਗੀ ਕਨੇਡਾ ਦੇ ਵਿੱਚੋਂ, ਜਿਹੜੇ ਇਹ ਇੱਥੋਂ ਦੀ ਹੁਣ ਅਮਰੀਕਾ ਦੇ ਵੀ ਬੰਦੇ ਕਾਫੀ ਫੜੇ ਗਏ ਨੇ, ਕਨੇਡਾ ਦੇ ਵੀ ਬੰਦੇ ਕਾਫੀ ਫੜੇ ਗਏ, ਟੋਟਲ 60 ਬੰਦੇ ਫੜੇ ਨੇ ਉਸ ਕੇਸ ਦੇ ਵਿੱਚ। ਔਰ ਬਹੁਤ ਜਗ੍ਹਾ ਇਹ ਸ਼ਰਮ ਵੀ ਮਹਿਸੂਸ ਹੁੰਦੀ ਜਦੋਂ ਕੋਈ ਲੋਕ ਇੱਦਾਂ ਦਾ ਤਾਨਾ ਮਾਰਦੇ ਨੇ, ਇੱਦਾਂ ਦੀ ਗੱਲ ਕਰਦੇ ਨੇ, ਪਰ ਆਪਾਂ ਕਰ ਕੁਛ ਨਹੀਂ ਸਕਦੇ ਹੁੰਦੇ। ਹੁਣ ਇਹਨਾਂ ਬੰਦਿਆਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਹੋਵੋਗੇ, ਬਹੁਤ ਸਾਰੇ ਮੈਂ ਵੀ ਜਾਣਦਾ ਹੋਵਾਂਗਾ, ਅਤੇ ਇਹ ਕਿਸੇ ਚੀਜ਼ ਦੀ ਘਾਟ ਨਹੀਂ। ਫਿਰ ਵੀ ਇਹ ਕੰਮ ਜਿਹੜੇ ਕਰਦੇ ਨੇ ਜਾਂ ਕਰਾਉਂਦੇ ਨੇ ਜਾਂ ਕੀ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਆਪਾਂ ਵਿਸ਼ਾ ਇਹ ਛੋਟਾ ਜਿਹਾ ਰੱਖਣਾ ਆ, ਪਰ ਨਾਲ ਦੀ ਨਾਲ ਹੈਲਥ ਜਿਹੜੀ ਹੈ, ਹੈਲਥ ਦੀ ਗੱਲ ਵੀ ਕਰਾਂਗੇ ਇਸ ਸੈਗਮੈਂਟ ਤੋਂ ਬਾਅਦ। ਇਸ ਵਿਸ਼ੇ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਸਾਡੀ ਸਿਹਤ ਨੂੰ ਨੁਕਸਾਨ ਕਰਨ ਵਾਲਾ ਹੀ ਹੈ ਜੀ। ਹੁਣ ਜਿਹਨਾਂ ਦੇ ਬੱਚੇ ਖਾਂਦੇ ਹੋਣਗੇ, ਜਿਨ੍ਹਾਂ ਦੇ ਬੱਚਿਆਂ ਨੂੰ ਲਾਇਆ ਹੋਊਗਾ, ਔਰ ਇੱਕ ਨਸ਼ਾ ਹੋ ਸਕਦਾ ਹੈ ਹੋਲਸੇਲਰ ਹੋਣ, ਗਾਂ ਵਿਚਾਰੇ ਕੋਈ ਛੋਟੇ ਮੋਟੇ ਬਣਦੇ ਹੋਣ, ਨਸ਼ਾ ਲਾਉਣ ਵਾਲੇ ਦੀ ਇੱਕ ਸਕੀਮ ਹੁੰਦੀ ਹੈ ਖਾਸ ਤੌਰ 'ਤੇ, ਮੈਂ ਦੇਖੀ ਹੈ ਜਿਹੜੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵਾਪਰੀ। ਵੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਡੇ, ਮੈਂ ਸਕੂਟਰਾਂ ਦੇ ਮਕੈਨਿਕ ਹੀ ਕਰਦਾ ਸੀ ਜਦੋਂ ਮੋਟਰਸਾਈਕਲ, ਤਾਂ ਉਦੋਂ ਇੱਕ ਆਉਂਦਾ ਸੀ ਬੰਦਾ ਕੋਈ ਮੋਟਰਸਾਈਕਲ ਠੀਕ ਕਰਾਉਣ, ਅਤੇ ਉਹਨੇ ਨਾਲ ਦੇ ਮੈਨੂੰ ਵੀ ਕਹਿਣਾ ਖਾ ਲਓ ਮਾੜੇ ਜਿਹਾ ਕਾਇਮ ਹੋ ਜਾਓਗੇ, ਚਾਹ ਮੰਗਾ ਲੈਣੀ ਨਾਲ, ਚਾਹ ਵਾਲਾ ਬੈਠਾ ਹੁੰਦਾ ਸੀ, ਚਾਹ ਦੋ ਕੱਪ ਲਿਆਈ ਵੀ ਨਾਲ ਮਾੜੀ ਜਿਹੀ ਖਾ ਲਓ ਵੀ ਮਾੜੀ ਜਿਹੀ ਕਾਇਮ ਹੋ ਜਾਓਗੇ। ਮੈਂ ਤਾਂ ਚਲੋ ਨਹੀਂ ਬਾਹਲਾ, ਤਾਂ ਨਾਲ ਦਾ ਜਿਹੜਾ ਮਕੈਨਿਕ ਸੀ ਤਾਂ ਉਹ ਕਿੱਦਾਂ 3-4 ਵਾਰੀ ਉਹਨੇ ਖਾਧੀ ਖੁਦੀ, ਚੌਥੀ ਵਾਰੀ ਜਦੋਂ ਮੰਗੀ ਉਹਦੇ ਕੋਲ ਤਾਂ ਕਹਿੰਦਾ ਵੀ ਭਾਈ ਉਹ ਤਾਂ ਬੋਕੀ, ਤੂੰ ਮੈਨੂੰ ਪੈਸੇ ਦੇ ਦੇ, ਤੈਨੂੰ ਮੈਂ ਮੁੱਲ ਲਿਆ ਦੂੰਗਾ। ਕਹਿਣ ਤੋਂ ਭਾਵ ਉਹਦਾ ਪੱਕਾ ਗਾਹਕ ਬਣ ਗਿਆ ਉੱਥੇ ਇੰਡੀਆ ਦੇ ਵਿੱਚ, 500-700 ਜਿੰਨੇ ਵੀ ਰੁਪਈਏ ਲੱਗਦੇ ਹੋਣਗੇ ਉਹ ਲੈਣ ਲੱਗ ਪਿਆ। ਸੋ ਇੱਧਰਲੇ ਮੁਲਕਾਂ ਦੀ ਗੱਲ ਕਰੀਏ, ਗੱਲ ਤਾਂ ਸੇਮ ਹੀ ਆ, ਨਸ਼ੇ ਨਸ਼ੇ ਹੀ ਆ। ਔਰ ਜਿਹੜਾ ਸਭ ਤੋਂ ਮਾੜਾ ਇਹ ਹੈਗਾ ਸਿੰਥੈਟਿਕ ਵਾਲਾ ਨਸ਼ਾ, ਜਿਹਨੂੰ ਅਸੀਂ ਹੈਰੋਇਨ ਕਹਿੰਦੇ, ਚਿੱਟਾ ਕਹਿੰਦੇ ਹਾਂ, ਇਹ ਤਾਂ ਕਹਿੰਦੇ ਇਹੋ ਜਿਹਾ ਕੈਮੀਕਲ ਆ ਵੀ ਮਾੜਾ ਜਿਹਾ ਵੀ ਓਵਰਡੋਜ਼ ਅਗਰ ਹੋ ਜਾਂਦਾ ਤਾਂ ਉਹ ਸਾਡਾ ਬ੍ਰੇਨ ਜਿਹੜਾ ਉਹਨੇ ਸ਼੍ਰਿੰਕ ਕਰ ਦੇਣਾ। ਮੈਂ ਬਹੁਤ ਸਾਰੇ ਕੇਸ ਇਹੋ ਜਿਹੇ ਦੇਖੇ ਆ, ਬਹੁਤ ਸਾਰੇ ਕੇਸ ਜਿਹੜੇ ਹੈਗੇ ਨੇ, ਜਿਹੜੇ ਨੌਜਵਾਨਾਂ ਨੇ
वो नशा लिया तो उन्होंने ब्रेन श्रिंक होकर वो 14-15 साल पिछे चल गए, उन्होंने सोच जी 14-15 साल पिछे चल गई। सो ये मेरे ख्याल ये होनी है भी खाण नाल तो तुसी जवानी वापस आ जाओ, 14-15 साल पिछे चल जूगी, पर इदा नहीं है ये ब्रेन श्रिंक करता। सो असी जिहड़ियां अज्ज गल्लां कर रहे तुहाडा यही करनी है जी रल मिल के कि यह नशा जिहड़ा तस्करी हैगी असी इंडिया दे विच रोना रोने सरकारां नूं कहिंदे आ ते कोई मजीठिया साहब नूं कहिंदा कोई किसे नूं कहिंदा ते जे उत्थे ये चीज़ां हैगियां उत्थे असी ये अक्सर कहिंदे आ वी नशा पत्ता जिहड़ा उह सरकारां दी मिली भगत दे नाल ही विकदा। बहुत सारे पिंडां दे विच किसे तकड़े लीडरां दे पिंडां दे विच तां ये भी सुनने दे विच आया सी वी रेहड़ी दे उपर होका लगता तो रेहड़ी के उपर नशे विकते रहे तो उन्होंने कहन कहाने वाला पूछण दसण वाला कोई है नहीं। असी ये अक्सर भारत ते पंजाब दे उपर ये तवा लाने ये गल करते हैं, पर इधर तक किसी की मेरा ख्याल हो सकता है लीडर की मिली भगत हो जिहड़ा इन्ने सालों तो कम चलता आ रहा, पता नहीं किन्ने सालों तो चलता आ रहा, साल डेढ़ साल नूं तां पुलिस नूं मगर लगी नूं हो गई, पुलिस ने साल डेढ़ साल प्रूफ कहिंदे कट्ठे कीते, लख डेढ़ लख डालर दा आप उन्हां कोलों नशा खरीद के तो फिर जाके बंदे फड़े आ और जमानत उन्हां दी मेरे ख्याल मैं सोशल मीडिया से देखा सी, मैनूं पक्की तो खबर नहीं हैगी, जमानत कहिंदे होई है एक दी 6 मिलियन डॉलर की तो एक दी शायद 7 लख डॉलर की जमानत हो गई है, बाहर आए नहीं आए इहदा हजे मैनूं कोई नहीं पता। सो असी ड्रग की गल करनी, असं भारत में इन्ना भंडते हैं भारत के चीज़ है, पंजाब दे विच ए चीज़ है तो इधरले मुल्कां दे विच ए चीज़ हैगी है तो क्यों है, तो साढ़े पंजाबी ये इनवॉल्व क्यों ने, वैसे बहुत सारे मुल्कां दे बंदे इनवॉल्व हो सकते हैं। सो कल आप फिर इस विषय से नहीं हूँ ब्रेक तो बाद जिहड़ियां गल्लां लैणियां उह सेहत बारे लैणियां, क्योंकि अगर गल करिए जिहड़े नशे ने उह सेहत नूं खराब करदे ने। सानूं बहुत सारे लोगों ने इत्थे कहा कि पंजाब तुसीं नशियां बारे फिल्मां बनाओ तो असीं इधर स्पोंसर करन नूं तैयार हाँ, असीं कहे फिल्मां बना लैंदे उहदा फायदा की होऊ, ठीक है तुसीं पैसे दित्ते असीं बनाती वो दिखाती असीं इत्थे दिखाती जां यूट्यूब ते पाती उहदा असर की होऊ, गल तां असर करन दी है वी असीं कम्म दा जिहड़ा कम्म करना कोई उहदा असर होवे। सो असर करन वास्ते जरूरत हैगी है सारे जणे इकट्ठे होण दी, इकट्ठे असीं की होईए और मैनूं तां इह वी पता लगा कि इहदे विचों चाहे उह कनेडा दे बंदे सी चाहे इत्थों दे बंदे सी बहुत सारे बंदे ਗੁਰੂ ਘਰਾਂ ਦੇ ਨਾਲ ਵੀ ਸੰਬੰਧਿਤ ਸੀਗੇ ਜਾਂ ਕਮੇਟੀ ਦੇ ਮੈਂਬਰ ਦੇ ਵਿੱਚ ਸੀਗੇ ਜਾਂ ਕੀ ਸੀਗੇ ਕੀ ਨਹੀਂ ਸੀਗੇ। ਉਹ ਇਹ ਵੀ ਗੱਲ ਇੱਕ ਬੜੀ ਦੁਖਦਾਈ ਹੈ ਜਦੋਂ ਇਸ ਧਾਰਮਿਕ ਸਥਾਨ ਦੇ ਨਾਲ ਗੱਲ ਜੁੜਦੀ ਹੈ ਤਾਂ ਗੱਲ ਕਿਤੇ ਦੀ ਕਿਤੇ ਜਾਂਦੀ ਹੈ, ਖਾਸ ਤੌਰ 'ਤੇ ਜਦੋਂ ਹੋਰ ਕਮਿਊਨਿਟੀ ਦੇ ਲੋਕ ਇਹ ਗੱਲ ਸੁਣਦੇ ਨੇ ਪੜ੍ਹਦੇ ਨੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਜਾਂਦੀ ਹੋਏਗੀ, ਕੀ ਇਮੇਜ ਸਾਡੇ ਪੰਜਾਬੀਆਂ ਦੀ ਜਾਂਦੀ ਹੋਏਗੀ। ਅਤੇ ਹੁਣ ਤਾਂ ਇਹ ਗੱਲ ਹੈਗੀ ਕੋਈ ਘਰ ਵੀ ਜੇ ਨਵਾਂ ਲਿਆ ਕਿਸੇ ਟਰੱਕ ਵਾਲੇ ਨੇ ਅਤੇ ਬੰਦਾ ਨਾਲ ਦਾ ਫਿਰ ਉਹ ਘਰ ਵਾਲਾ ਉਹ ਵੀ ਕਹਿੰਦਾ ਗੱਡੀ ਨਵੀਂ ਲਈ ਤਾਂ ਵੀ ਕਹਿੰਦਾ ਵੀ ਬਾਬਾ ਭਾਅ ਜੀ ਗੇੜਾ ਲੱਗ ਗਿਆ, ਲੱਗਦਾ ਕਿਤੇ ਚੰਗਾ ਤਾਂ ਹੀ ਫਿਰ ਪੈਸੇ ਪੂਏ ਆਏ ਲੱਗਦੇ ਆ, ਹਾਲਾਂਕਿ ਇੱਧਰ ਘਰ ਲੈਣਾ ਜੇ ਗੱਡੀ ਕੋਈ ਮਹਿੰਗੀ ਲੈਣੀ ਬਾਹਲੀ ਔਖੀ ਨਹੀਂ, ਪਰ ਦਿਮਾਗ ਦੇ ਵਿੱਚ ਜਦੋਂ ਆ ਜਾਂਦੀ ਗੱਲ ਤਾਂ ਇਹ ਚੀਜ਼ ਜ਼ਰੂਰ ਸਾਹਮਣੇ ਆਉਂਦੀ ਆ। ਸੋ ਮੁੱਕਦੀ ਗੱਲ ਇਹ ਹੈ ਜੀ ਲਾਲਚ ਜਿਹੜਾ ਹੈਗਾ ਲਾਲਚ ਇਹ ਸਾਰਾ ਕੁਝ ਕਰਾਉਂਦਾ ਅਤੇ ਲਾਲਚ ਤੋਂ ਬਚਣਾ ਚਾਹੀਦਾ। ਹੁਣ ਅਸੀਂ ਬ੍ਰੇਕ ਲੈਣੀ ਹੈ ਜੀ, ਬ੍ਰੇਕ ਤੋਂ ਬਾਅਦ ਫਿਰ ਡਾਕਟਰ ਸਾਹਿਬ ਡਾਕਟਰ ਨਵਦੀਪ ਸ਼ਰਮਾ ਆਯੁਰਵੇਦ ਦੇ ਮਾਹਰ ਨੇ, ਬੜੀ ਛੋਟੀ ਜਿਹੀ ਉਮਰ ਆ ਪਰ ਜਾਣਕਾਰੀ ਬਹੁਤ ਵੱਡੀ ਰੱਖਦੇ ਨੇ। ਵੈਸੇ ਵੀ ਅਸੀਂ ਗੱਲ ਕਰੀਏ ਤਾਂ ਆਯੁਰਵੇਦ ਦੇ ਵਿੱਚ ਵੀ ਸ਼ਾਇਦ ਇਹਨਾਂ ਨਸ਼ਿਆਂ ਦਾ ਕੋਈ ਨਾ ਕੋਈ ਇਲਾਜ ਹੋਏਗਾ ਤਾਂ ਉਹ ਅਸੀਂ ਡਾਕਟਰ ਸਾਹਿਬ ਨੂੰ ਜ਼ਰੂਰ ਸਵਾਲ ਪੁੱਛਾਂਗੇ ਜਦੋਂ ਸਾਡੇ ਨਾਲ ਉਹ ਜੁੜਨਗੇ। ਅਤੇ ਬ੍ਰੇਕ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਨਾਲ ਅਗਲਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਨਾਲ ਹੋਏਗਾ ਅਤੇ ਤੁਸੀਂ ਜਿਹੜੇ ਨੇ ਉਹ ਜਸ ਪੰਜਾਬੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਅਤੇ ਕਰਦੇ ਹਾਂ ਹੋਰ ਗੱਲਾਂ ਬਾਤਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਮੈਂ ਜਗਤਾਰ ਸਿੰਘ ਜੱਗੀ ਪ੍ਰੋਗਰਾਮ ਲੈ ਕੇ ਅਤੇ ਨਾਲ ਦੀ ਨਾਲ ਜਿਵੇਂ ਬ੍ਰੇਕ ਤੋਂ ਪਹਿਲਾਂ ਮੈਂ ਵਾਅਦਾ ਕੀਤਾ ਸੀ ਕਿ ਸਾਡੇ ਨਾਲ ਜੁੜਨਗੇ ਡਾਕਟਰ ਨਵਦੀਪ ਸ਼ਰਮਾ ਹਰ ਮੰਗਲਵਾਰ ਦੀ ਮੰਗਲਵਾਰ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਦੱਸਦੇ ਨੇ ਔਰ ਉਹ ਵੀ ਬਿਲਕੁਲ ਫ੍ਰੀ। ਬਾਕੀ ਤੁਸੀਂ ਲੰਬੀ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਨੰਬਰ ਤੁਸੀਂ ਮੇਰੇ ਕੋਲੋਂ ਵੀ ਬਹੁਤ ਸਾਰੇ ਲੋਕ ਲੈਂਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਆਪ ਵੀ ਨੋਟ ਕਰ ਲੈਂਦੇ ਹੋ ਤਾਂ ਉਹ ਉਹਨਾਂ ਕੋਲੋਂ ਕੋਈ ਵੀ ਲੰਬੀ ਗੱਲ ਕਰਨੀ ਹੈ ਕੋਈ ਦਵਾਈ ਲੈਣੀ ਹੈ ਕੋਈ ਸਲਾਹ ਮਸ਼ਵਰਾ ਕਰਨਾ ਤਾਂ ਉਹ ਉਹਨਾਂ ਨਾਲ ਕਰ ਸਕਦੇ ਹੋ। ਸੋ ਜੁੜਦੇ ਹਾਂ ਜੀ ਡਾਕਟਰ ਨਵਦੀਪ ਸ਼ਰਮਾ ਜੀ ਨਾਲ, ਕਿਉਂਕਿ ਸਿਹਤ ਜਿਹੜੀ ਹੈ ਸਿਹਤ ਉਨੀ ਹੀ ਜ਼ਿਆਦਾ ਜ਼ਰੂਰੀ ਹੈ, ਸਿਹਤ ਹੀ ਸ਼ਾਇਦ ਜ਼ਿਆਦਾ ਜ਼ਰੂਰੀ ਹੈ, ਬਾਕੀ ਸਾਰਾ ਕੁਝ ਤਾਂ ਸਿਹਤ ਠੀਕ ਹੋਵੇ ਤਾਂ ਆਪੋ ਆਪੇ ਆ ਜਾਂਦਾ, ਚਾਹੇ ਪੈਸੇ ਦੀ ਗੱਲ ਹੋਵੇ ਚਾਹੇ ਰਿਸ਼ਤੇ ਨਾਤਿਆਂ ਦੀ ਗੱਲ ਹੋਵੇ, ਸਿਹਤ ਠੀਕ ਹੋਵੇ ਤਾਂ ਪੈਸਾ ਆ ਗਿਆ ਤਾਂ ਪੈਸਾ ਆ ਗਿਆ ਤਾਂ ਰਿਸ਼ਤੇ ਨਾਤੇ ਆਪੇ ਆ ਜਾਂਦੇ ਬਣ ਜਾਂਦੇ ਬਹੁਤ ਸਾਰੇ ਨਵੇਂ। ਸੋ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਜੀ। ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜਗਵੀਰ ਜੀ, ਜਸ ਪੰਜਾਬੀ ਦੀ ਸਾਰੀ ਟੀਮ ਅਤੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਮੈਨੂੰ ਇੱਕ ਕੱਲ੍ਹ ਫੋਨ ਆਇਆ ਸੀ ਇੱਥੋਂ, ਮੈਨੂੰ ਟੀਕਾ ਪੈਂਦਾ ਸਾਡੇ ਨੇੜੇ ਵੀ ਭਾਈ, ਉਹ ਨੰਬਰ ਦਿਓ ਡਾਕਟਰ ਸਾਹਿਬ ਦਾ ਗੋਡਿਆਂ ਦਾ, ਉਹ ਦੱਸਦੇ ਸੀ ਤੁਹਾਡੇ ਪ੍ਰੋਗਰਾਮ 'ਚ। ਮੈਂ ਕਿਹਾ ਵੀ ਠੀਕ ਹੈ, ਮੈਂ ਗੱਲ ਵੀ ਕਰਾ ਦੂੰਗਾ ਵੀ ਗੋਡੇ ਦੁਖਦੇ ਆ। ਅਤੇ ਅੱਛਾ ਡਾਕਟਰ ਸਾਹਿਬ, ਪਹਿਲਾਂ ਚਲੋ ਸਵਾਗਤ ਕਰਦੇ ਤੁਹਾਡਾ, ਅਤੇ ਦੂਜਾ ਨਾਲ ਦੀ ਨਾਲ ਆਪਾਂ ਅਗਰ ਸਵਾਲਾਂ ਦੀ ਗੱਲ ਕਰੀਏ ਤਾਂ ਸਿਹਤ ਕਹਿੰਦੇ ਵੀ ਸਭ ਤੋਂ ਜ਼ਰੂਰੀ ਹੈਗੀ ਹੈ, ਸਿਹਤ ਠੀਕ ਹੈ ਸਾਰਾ ਕੁਛ ਠੀਕ ਹੈ। ਬਿਲਕੁਲ ਜੱਗੇ ਜੀ, ਆਪਾਂ ਅਕਸਰ ਮੈਂ ਨਾ ਆਪਣੇ ਕਲੀਨਿਕਸ ਦੇ ਅੰਦਰ ਵੀ ਇੱਕ ਸੇਇੰਗ ਲਗਾਈ ਹੁੰਦੀ ਹੈ ਕਿ ਸਭ ਤੋਂ ਪਹਿਲੇ ਆਪਾਂ ਆਪਣੀ ਸਿਹਤ ਖਰਾਬ ਕਰਦੇ ਹਾਂ ਪੈਸਾ ਕਮਾਉਣ ਨੂੰ, ਔਰ ਉਸ ਤੋਂ ਬਾਅਦ ਉਹੀ ਪੈਸਾ ਲਾਉਂਦੇ ਹਾਂ ਦੁਬਾਰਾ ਸਿਹਤ ਵਾਪਸ ਲਿਆ, ਲੇਕਿਨ ਅਨਲੱਕੀਲੀ ਜਿਹੜੀ ਸਿਹਤ ਹੈ ਉਹ ਦੁਬਾਰਾ ਮਿਲ ਨਹੀਂ ਪਾਉਂਦੀ ਜੀ। ਸਿਹਤ ਅਗਰ ਆਪਾਂ ਕਹੀਏ ਕਿ ਸੇਮ ਸਿਹਤ ਸਾਨੂੰ ਦੁਬਾਰਾ ਆ ਜਾਏ, ਉਹ ਪ੍ਰੈਕਟੀਕਲੀ ਪੋਸੀਬਲ ਨਹੀਂ, ਪੈਸੇ ਖਰਚ ਕੇ ਨਹੀਂ ਆਉਂਦੀ। ਮਤਲਬ ਮੁੱਕਦੀ ਗੱਲ ਇਹ ਜੀ, ਪਹਿਲਾਂ ਬੰਦਾ ਦੋ ਦੋ ਸ਼ਿਫਟਾਂ ਲਾਉਂਦਾ, ਤਿੰਨ ਤਿੰਨ ਅਠਾਰਾਂ ਅਠਾਰਾਂ ਘੰਟੇ ਕੰਮ ਕਰਦਾ ਡਾਲਰ ਕਮਾਉਣ ਲਈ, ਵੀ ਚਲੋ ਪਿਛਲੀ ਉਮਰੇ ਬਹਿ ਕੇ ਖਾਵਾਂਗੇ। ਜਦੋਂ ਬਹਿ ਕੇ ਖਾਣ ਦੀ ਉਮਰ ਆਉਂਦੀ ਹੈ, ਡਾਕਟਰ ਮਨਾ ਕਰ ਦਿੰਦੇ ਵੀ ਹੁਣ ਤੂੰ ਖਾਣਾ ਨਹੀਂ ਹੈਗਾ, ਤੇਰੇ ਵਾਸਤੇ ਬੜੀ ਪ੍ਰੋਬਲਮ ਕਰੂਗਾ। ਅੱਛਾ ਡਾਕਟਰ ਸਾਹਿਬ, ਅਸੀਂ ਅੱਜ ਗੱਲ ਕਰਾਂਗੇ, ਮੈਂ ਸਾਡਾ ਵਿਸ਼ਾ ਵੀ ਇੱਦਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਮੈਂ ਕੀਤੀ ਪਹਿਲਾਂ ਬ੍ਰੇਕ ਤੋਂ ਪਹਿਲਾਂ, ਇੱਥੇ ਇੱਕ ਬੜਾ ਵੱਡਾ ਡਰੱਗ ਐਕਟ ਫੜਿਆ ਹੋਇਆ ਜੀ, 60 ਪੰਜਾਬੀ ਫੜੇ ਗਏ ਨੇ 30 ਦਿਨਾਂ 'ਚ 60 ਪੰਜਾਬੀ। ਚਲੋ ਬੜੀ ਮੰਦਭਾਗੀ ਗੱਲ ਹੈ। ਚਲੋ ਜੇ ਉਹ ਨਸ਼ਾ ਵੇਚਦੇ ਨੇ, ਵਪਾਰ ਕਰਦੇ ਨੇ, ਇਹਦਾ ਮਤਲਬ ਕੋਈ ਖਾਂਦਾ ਵੀ ਹੋਊਗਾ। ਜੇ ਪੰਜਾਬੀ ਵਪਾਰ ਕਰਦੇ ਨੇ, ਪੰਜਾਬੀ ਖਾਂਦੇ ਵੀ ਹੋ ਸਕਦੇ, ਬੱਚੇ ਸਾਡੇ ਲਾਗੇ ਗਏ ਹੋ ਸਕਦੇ, ਨਸ਼ੇ ਦੇ ਉੱਪਰ ਆਦੀ ਹੋ ਗਏ ਹੋ ਸਕਦੇ ਆ। ਸੋ ਅਗਰ ਜਿਹੜੇ ਬੰਦੇ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ ਨੇ, ਕਿਸੇ ਵੀ ਤਰ੍ਹਾਂ ਦੇ, ਉਹਦੇ 'ਚ ਅਸੀਂ ਸ਼ਰਾਬ ਵੀ ਗਿਣ ਲੈਂਦੇ ਹਾਂ, ਫੀਮ ਵੀ ਗਿਣ ਲੈਂਦੇ ਹਾਂ, ਹੈਰੋਨ ਵੀ ਹੈ, ਆਯੁਰਵੇਦ ਦੇ ਵਿੱਚ ਉਹਦਾ ਕੀ ਹੱਲ ਹੈ? ਦੇਖੋ ਜੱਗੇ ਜੀ, ਸਭ ਤੋਂ ਪਹਿਲਾਂ ਤਾਂ ਵਾਕਈ ਬੜੀ ਮਾੜੀ ਗੱਲ ਹੈ ਜੇ ਆਪਣੇ ਇੰਨੇ ਜਿਹੜੇ ਪੰਜਾਬੀ ਭਰਾ ਨੇ ਉਹ ਹੈ ਗਲਤ ਪਾਸੇ ਜਿਹੜੇ ਨੇ ਉਹ ਤੁਰ ਪਏ ਔਰ ਗਲਤ ਵਾਲੇ ਕੰਮ 'ਚ ਪਾਏ ਗਏ। ਇਹ ਆਪਣੇ ਵਾਸਤੇ ਦੁਰਭਾਗਯ ਦੀ ਗੱਲ ਹੈ। ਔਰ ਦੂਸਰਾ ਆਪਾਂ ਗੱਲ ਕੀਤੀ ਹੈ ਜੀ ਨਸ਼ਿਆਂ ਦੀ, ਦੇਖੋ ਰਿਐਲਿਟੀ ਇਹ ਹੈ ਕਿ ਜਦੋਂ ਦੀ ਇਹ ਦੁਨੀਆ ਬਣੀ ਹੈ ਜੀ, ਉਦੋਂ ਤੋਂ ਹੀ ਨਸ਼ੇ ਚੱਲਦੇ ਆ ਰਹੇ ਜੀ। ਚਾਹੇ ਕਿਸੇ ਟਾਈਮ ਦੇ ਉੱਪਰ ਆਪਾਂ ਪੁਰਾਣੇ ਟਾਈਮ ਤੇ ਗੱਲ ਕਰੀਏ ਤੇ ਮਦਾਤੇ ਮੰਨਿਆ ਜਾਂਦਾ, ਜਦੋਂ ਬੰਦਾ ਬਹੁਤ ਹੀ ਜ਼ਿਆਦਾ ਡਰਿੰਕ ਕਰਨ ਲੱਗ ਪੈਂਦਾ ਤੇ ਉਹਨੂੰ ਮਦਾਤੇ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ। ਅੱਛਾ ਜੀ। ਫਿਰ ਉਸ ਤੋਂ ਇਲਾਵਾ ਅਗਰ ਪੁਰਾਣੇ ਟਾਈਮ ਤੇ ਚਲੇ ਜਾਓ ਤਾਂ ਧੂਰਾ ਲੋਕੀ ਬੜਾ ਲੈ ਲੈਂਦੇ ਸੀ, ਅਫੀਮ ਲੈ ਲੈਂਦੇ ਸੀ, ਅੱਜ ਪਿਊਰੀਫਾਈਡ ਫੋਰਮ 'ਚ ਹੋਰ ਅੱਗੇ ਕੋਕੀਨ ਹੀਰੋਇਨ ਕਈ ਤਰ੍ਹਾਂ ਦੇ ਜਿਹੜੇ ਨੇ ਨਸ਼ੇ ਨੇ ਉਹ ਚੱਲ ਪਏ ਨੇ। ਇਸ ਤੋਂ ਅੱਗੇ ਵੀ ਕੈਮੀਕਲ ਜਿਹੜੇ ਨੇ ਨਸ਼ੇ ਚੱਲ ਗਏ ਨੇ ਹੋਰ ਪੁੰਨੇ ਇਸ ਤੋਂ ਪੁੰਨੇ 'ਚ। ਬਿਲਕੁਲ। ਹੁੰਦਾ ਕੀ ਹੈ, ਇੱਕ ਬੰਦਾ ਨਸ਼ਾ ਲੈਂਦਾ ਹੋਵੇ ਪਹਿਲੇ ਇੱਕ ਔਰਾ ਦੀ ਫੀਲਿੰਗ ਉਹਨੂੰ ਆਉਂਦੀ ਹੈ। ਔਰਾ ਦਾ ਮਤਲਬ ਇੱਕ ਸਰੂਰ ਦੀ ਫੀਲਿੰਗ ਦੇ ਵਾਸਤੇ ਟੈਂਪਰੇਰੀਲੀ ਉਹ ਬੰਦਾ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਜੀ, ਕਿਉਂਕਿ ਸ਼ੁਰੂਆਤ ਦੇ ਅੰਦਰ ਉਹੀ ਔਰਾ ਉਹਨੂੰ ਫੀਲ ਹੁੰਦਾ ਵਾ ਥੋੜੇ ਨਸ਼ੇ ਦੀ ਡੋਜ਼ 'ਚ, ਅਗਲੀ ਵਾਰੀ 19 ਡੋਜ਼ ਨਾਲ ਨਹੀਂ ਹੁੰਦਾ, ਉਹਨੂੰ ਹੋਰ ਡੋਜ਼ ਲੈਣੀ ਪੈਂਦੀ ਹੈ, ਕਰਦੇ ਕਰਦੇ ਉਹ ਸਟੇਜ ਆ ਜਾਂਦੀ ਹੈ ਕਿ ਉਹਨੂੰ ਔਰਾ ਤੇ ਨਹੀਂ ਆ ਪਾਉਂਦਾ ਜਿਹਦੇ ਕਰਕੇ ਉਹ ਨਸ਼ਾ ਲੈ ਰਿਹਾ ਹੁੰਦਾ, ਲੇਕਿਨ ਫਿਰ ਉਹ ਉਸ ਸਟੇਜ 'ਤੇ ਪਹੁੰਚ ਜਾਂਦਾ ਕਿ ਹੁਣ ਅਗਰ ਉਹ ਨਸ਼ਾ ਛੱਡਦਾ ਵਾ ਤਾਂ ਸਰੀਰ ਟੁੱਟਦਾ ਭੱਜਦਾ ਵਾ, ਉਹ ਬੰਦੇ ਨੂੰ ਇੰਨੀਆਂ ਕੁ ਪੇਨ ਹੁੰਦੀਆਂ ਨੇ ਕਿ ਉਹਨੂੰ ਲੱਗਦਾ ਕਿ ਮੈਂ ਬੀਅਰ ਹੀ ਨਹੀਂ ਕਰ ਸਕਦਾ ਜੀ, ਭੁੱਖ ਉਹਨੂੰ ਲੱਗਣੀ ਬੰਦ ਹੋ ਜਾਂਦੀ ਹੈ, ਬਹੁਤ ਨੈਗੇਟਿਵਿਟੀ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਨਸ਼ਾ ਸ਼ੁਰੂ ਕਰਨ ਤੋਂ ਕੁਛ ਮਹੀਨੇ ਬਾਅਦ ਹੀ ਨਸ਼ਾ ਕਰਨ ਵਾਲੇ ਨੂੰ ਇਹ ਪਤਾ ਚੱਲ ਚੁੱਕਾ ਹੁੰਦਾ ਕਿ ਇਹਨੂੰ ਮੈਂ ਛੱਡਣਾ ਵਾ, ਲੇਕਿਨ ਛੱਡ ਨਹੀਂ ਪਾ। ਔਰ ਵਾਕਈ ਤੁਸੀਂ ਸਹੀ ਕਿਹਾ ਜੀ, ਆਯੁਰਵੇਦ ਬਹੁਤ ਕਾਰਗਰ ਹੈ ਨਸ਼ਾ ਛੁਡਵਾਉਣ 'ਚ। ਇੱਥੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਅੰਮ੍ਰਿਤਸਰ ਸਾਹਿਬ ਅੰਦਰ ਹੀ ਸਭ ਤੋਂ ਪਹਿਲਾਂ ਆਯੁਰਵੇਦ ਦਾ ਨਸ਼ਾ ਛੁਡਾਓ ਕੇਂਦਰ ਜਿਹੜਾ ਉਹਦੀ ਸਥਾਪਨਾ ਕੀਤੀ ਹੈ ਆਯੁਸ਼ ਮੰਤਰਾਲੇ ਨੇ ਜੀ। ਤੇ ਅੰਮ੍ਰਿਤਸਰ ਵਰਗੀ ਪਾਵਨ ਜਗ੍ਹਾ ਦੇ ਉੱਪਰ ਜਿਹੜਾ ਵਾ ਆਯੁਰਵੇਦ ਦੇ ਅੰਦਰ ਜਿਹੜਾ ਪੰਚਕਰਮਾ ਕੀਤਾ ਜਾਂਦਾ ਉਹਦੀ ਮਦਦ ਦੇ ਨਾਲ, ਕੁਛ ਦਵਾਈਆਂ ਦੀ ਮਦਦ ਦੇ ਨਾਲ ਜਿਹੜਾ ਵਾ ਉਹ ਲੋਕਾਂ ਦਾ ਨਸ਼ਾ ਛੁਡਾਇਆ ਜਾ ਰਿਹਾ, ਔਰ ਲੋਕੀ ਬੜਾ ਵਧੀਆ ਛੱਡ ਪਾ ਰਹੇ ਨੇ। ਕਿਉਂਕਿ ਐਲੋਪੈਥੀ ਦੇ ਅੰਦਰ ਜਿਹੜਾ ਨਸ਼ਾ ਛੁਡਾਓ ਕੇਂਦਰ ਨੇ ਅਕਸਰ ਉਹਨਾਂ ਉੱਪਰ ਇਲਜ਼ਾਮ ਲੱਗਦੇ ਸੀ ਕਿ ਦੇਖੋ ਜੀ ਐਲੋਪੈਥੀ ਦੇ ਅੰਦਰ ਨਸ਼ਾ ਛੁਡਾਉਣ ਜਾਂਦੇ ਹਾਂ, ਉਹ ਨਸ਼ਾ ਤਾਂ ਛੁਡਾ ਦਿੰਦੇ ਤੇ ਕੋਈ ਦੂਜੀ ਦਵਾਈ ਲਾ ਦਿੰਦੇ, ਉਹਦਾ ਨਸ਼ਾ ਲੱਗ ਜਾਂਦਾ, ਫਿਰ ਉਹ ਨਹੀਂ ਛੱਡੀ ਜਾਂਦੀ ਸਰ। ਤੇ ਆਯੁਰਵੇਦ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ, ਔਰ ਤੁਸੀਂ ਬਿਲਕੁਲ ਸਹੀ ਕਿਹਾ ਵੈ, ਆਯੁਰਵੇਦ ਦੇ ਨਾਲ ਵਾਕਈ ਅਗਰ ਇੱਕ ਬੰਦੇ ਦਾ ਮਨ ਬਣਿਆ ਹੋਇਆ ਉਹਦਾ ਨਸ਼ਾ ਛੱਡਿਆ ਜਾ ਸਕਦਾ ਵੈ, ਔਰ ਉਹਨੂੰ ਮਹਿਸੂਸ ਵੀ ਨਹੀਂ ਹੋਏਗੀ ਕੋਈ ਪ੍ਰੋਬਲਮ ਜੀ। ਅਤੇ ਉਹਦੇ ਵਾਸਤੇ ਅਗਰ ਕੋਈ ਹੈਗਾ ਸਾਡਾ ਭੈਣ ਭਰਾ ਮੰਨ ਲਓ ਬਾਹਰਲੇ ਮੁਲਕਾਂ ਦੇ ਵਿੱਚੋਂ, ਅਤੇ ਤੁਹਾਨੂੰ ਸੰਪਰਕ ਕਰ ਸਕਦਾ, ਉਹਨਾਂ ਨੂੰ ਫੋਨ ਦੇ ਉੱਪਰ ਹੀ ਸਾਰੀ ਗੱਲਬਾਤ ਹੋ ਜਾਏਗੀ ਜਾਂ ਪਰਸਨਲੀ ਵੀ ਆਉਣਾ ਪੈਂਦਾ? ਦੇਖੋ ਦੋਨੋਂ ਹੀ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਜੱਗੀ ਜੀ। 70% ਪੇਸ਼ੈਂਟ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਔਰ ਉਹਨਾਂ ਦਾ ਮਨ ਬਣ ਚੁੱਕਾ ਹੈ, ਉਹਨਾਂ ਨੂੰ ਪਤਾ ਹੈ ਕਿ ਆਪਾਂ ਹੁਣ ਨਸ਼ਾ ਛੱਡਣਾ ਹੈ ਔਰ ਪਰਿਵਾਰਾਂ ਦੀ ਉਹਨਾਂ ਨੂੰ ਸਪੋਰਟ ਹੈ, ਉਸ ਮਰੀਜ਼ ਨੂੰ ਸਾਡੇ ਕੋਲ ਆਉਣ ਦੀ ਲੋੜ ਹੀ ਨਹੀਂ ਜੀ। ਕਿਉਂਕਿ ਉੱਥੇ ਸਾਡਾ ਮਕਸਦ ਕੀ ਬਣ ਜਾਂਦਾ ਵੈ ਕਿ ਜਿਸ ਤਰ੍ਹਾਂ ਉਸ ਮਰੀਜ਼ ਦੀ ਨਸ਼ਾ ਛੁਡਾਉਣ ਲਈ ਜਿਹੜੀ ਨਸ਼ਾ ਉਹ ਕਰ ਰਿਹਾ ਵੈ ਉਹਦੀ ਡੋਜ਼ ਘਟਾਈ ਜਾਵੇ, ਤੇ ਇੱਧਰੋਂ ਆਯੁਰਵੇਦ ਦੀਆਂ ਹਰਬਸ ਦੇ ਨਾਲ
ਉਹਨੂੰ ਉਨੀ ਸਪੋਰਟ ਦਿੱਤੀ ਜਾਏ ਕਿ ਨਾ ਉਹਦੇ ਮਨ 'ਚ ਨੈਗੇਟਿਵਿਟੀ ਆਏ, ਨਾ ਉਹਦੇ ਸਰੀਰ ਨੂੰ ਕੋਈ ਟੁੱਟ ਭੱਜ ਹੋਵੇ, ਤੇ ਨਾ ਹੀ ਉਹ ਕਾਰਵਿੰਗ ਹੋਵੇ ਜਿਹਨੂੰ ਤਲਬ ਕਹਿੰਦੇ ਆਪਾਂ ਆਮ ਭਾਸ਼ਾ 'ਚ, ਉਹ ਨਾ ਹੋਵੇ ਤੇ ਬੰਦਾ ਜਿਹੜਾ ਵਾ ਜਦੋਂ ਮਨ ਬਣਿਆ ਤੇ ਉਹ ਬੜੀ ਆਰਾਮ ਨਾਲ ਨਸ਼ਾ ਛੱਡ ਸਕਦਾ। ਔਰ ਆਪਾਂ ਮਤਲਬ ਮੈਂ ਬੜੇ ਮਾਣ ਨਾਲ ਕਹਿਣਾ ਚਾਹਾਂਗਾ ਕਿ ਆਯੁਰਵੇਦ ਦੀ ਮਦਦ ਦੇ ਨਾਲ ਮੈਂ ਹਰ ਵਾਰੀ ਜਦੋਂ USA ਆਉਂਦਾ ਵਾਂ ਤੇ ਕਾਫੀ ਪੇਸ਼ੈਂਟਸ ਮੇਰੇ ਕੋਲ ਐਸੇ ਵੀ ਆਉਂਦੇ ਨੇ ਜਿਹੜੇ ਐਡਿਕਸ਼ਨ ਵਾਲੇ ਹੁੰਦੇ ਨੇ, ਔਰ ਜਦੋਂ ਆਪਾਂ ਆਯੁਰਵੇਦ ਯੂਜ ਕਰਦੇ ਹਾਂ ਤੇ ਅੱਜ ਉਸ ਪਰਮਾਤਮਾ ਦੀ ਦਇਆ ਦੇ ਨਾਲ ਆਪਾਂ ਉਹਨਾਂ 'ਚੋਂ ਬੜਿਆਂ ਦਾ ਜਿਹੜਾ ਨਸ਼ਾ ਵਾ ਉਹ ਛੁਡਵਾ ਚੁੱਕੇ ਹਾਂ ਜੀ। ਅਤੇ ਇਹ ਬੰਦੇ ਨੂੰ ਪਤਾ ਨਹੀਂ ਲੱਗਦਾ ਜਦੋਂ ਐਡਿਕਸ਼ਨ ਹੁੰਦੀ ਆ ਅਤੇ ਵੀ ਕਿਹੜੇ ਵੇਲੇ ਹੋ ਗਈ, ਜਾਂ ਪਹਿਲਾਂ ਕੋਈ ਨਾ ਕੋਈ ਹੁੰਦੇ ਆ ਸਿਪਟਮ ਆਉਂਦੇ ਆ ਲੱਛਣ ਆਉਂਦੇ ਆ ਵੀ ਉਦੋਂ ਬੰਦੇ ਨੂੰ ਸਮਝ ਜਾਣਾ ਚਾਹੀਦਾ, ਕੋਈ ਹੁੰਦੀ ਇਹੋ ਜਿਹੀ ਸਟੇਜ ਤੁਹਾਡੇ ਹਿਸਾਬ ਦੇ ਨਾਲ? ਦੇਖੋ ਜੀ, ਨਸ਼ਾ ਚੀਜ਼ ਹੀ ਇਹੋ ਜਿਹਾ ਹੈ ਕਿ ਜਿਸ ਤਰ੍ਹਾਂ ਹੁਣ ਅੱਜ ਮੰਨ ਲਓ ਕਿਸੇ ਜ਼ਮਾਨੇ 'ਚ AC ਨਹੀਂ ਸੀ ਹੁੰਦੇ, ਹੁਣ ਅੱਜ AC ਹੈ, ਸਾਰਿਆਂ ਨੂੰ AC ਜ਼ਿਆਦਾ, ਤਾਂ AC ਬੰਦ ਹੋਇਆ ਹੋਏ ਤੇ ਬੰਦੇ ਲੱਗਦੇ ਯਾਰ ਜ਼ਿੰਦਗੀ ਤੇ ਇਸ ਤੋਂ ਬਿਨਾਂ ਹੈ ਹੀ ਕੁਛ ਨਹੀਂ। ਹਾਂਜੀ, ਨਸ਼ਾ ਚੀਜ਼ ਹੀ ਐਸੀ ਹੈ ਕਿ ਸ਼ੁਰੂਆਤ ਦੇ ਅੰਦਰ ਜਦੋਂ ਬੰਦਾ ਨਸ਼ੇ ਦਾ ਇਸਤੇਮਾਲ ਕਰੇਗਾ ਉਹਨੂੰ ਜ਼ਿੰਦਗੀ ਬਹੁਤ ਚੰਗੀ ਲੱਗਣ ਲੱਗ ਪੈਂਦੀ ਜੀ, ਸ਼ੁਰੂਆਤ ਦੇ ਸਿਰਫ ਪਹਿਲੇ ਕੁਛ ਦਿਨ, ਔਰ ਉਹੀ ਉਹ ਦਿਨ ਨੇ ਜਿਹਦੇ 'ਚ ਸਾਰੇ ਫਸਦੇ ਨੇ। ਅੱਜ ਕੱਲ੍ਹ ਲੋਕਾਂ ਨੇ ਨਾ ਇੱਕ ਨਸ਼ੇ ਨੂੰ ਫੈਸ਼ਨ ਵੀ ਬਣਾ ਲਿਆ, ਇੱਕ ਯਾਰ ਦੋਸਤ ਕਰਦਾ ਹੁੰਦਾ ਵੈ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਆਊਟਡੇਟਿਡ ਹੋ ਜੀ, ਤੁਸੀਂ ਤੇ ਦੁਨੀਆ ਦੇਖੀ ਨਹੀਂ ਆਈ ਤੱਕ ਕਿ ਦੁਨੀਆ ਹੈ ਕੀ ਹੈ, ਕੋਈ ਦੁਨੀਆ ਦਾ ਤੁਸੀਂ ਮਜ਼ਾ ਹੀ ਨਹੀਂ ਲਿੱਤਾ। ਉਹ ਉਸ ਚੱਕਰ 'ਚ ਜਿਹੜਾ ਸਾਡਾ ਯੂਥ ਹੈ ਵਿਚਾਰਾ ਉਹ ਖਰਾਬ ਹੋ ਰਿਹਾ ਵੈ। ਇੱਕ ਗੰਦੀ ਮਛਲੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ, ਉਹ ਕਹਾਵਤ ਨਸ਼ੇ ਵਾਲੇ ਜਿਹੜੇ ਨੇ ਬੱਚੇ ਸਾਡੇ ਉਹਨਾਂ 'ਤੇ ਲਾਗੂ ਬਿਲਕੁਲ ਸਹੀ ਹੁੰਦੀ ਹੈ। ਇੱਕ ਐਡਿਕਟਿਡ ਬੰਦਾ ਦੂਜਿਆਂ ਨੂੰ ਨਸ਼ਿਆਂ ਦੀ ਤਾਰੀਫ ਕਰ ਕਰਕੇ ਨਸ਼ੇ ਲਾ ਦਿੰਦਾ ਵੈ, ਲੱਗ ਜਾਂਦੇ ਨੇ ਪਹਿਲੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਜਦੋਂ ਲੈਂਦਾ ਵਾ ਬੱਚਾ ਨਵਾਂ ਵਾਲਾ, ਉਹਨੂੰ ਮਜ਼ਾ ਆਉਂਦਾ, ਉਹਨੂੰ ਬਹੁਤ ਅੱਛਾ ਲੱਗਦਾ, ਉਹਨੂੰ ਵਾਕਈ ਲੱਗਦਾ ਕਿ ਯਾਰ ਦੁਨੀਆ ਇਸ ਤੋਂ ਬਿਨਾਂ ਹੈ ਹੀ ਕੁਛ ਨਹੀਂ, ਔਰ ਸ਼ਾਇਦ ਇਹ ਪੈਸ਼ਨ ਹੈ। ਔਰ ਪੰਜਵੀਂ ਜਾਂ ਛੇਵੀਂ ਵਾਰੀ ਤੱਕ ਉਹ ਬੰਦਾ ਐਡਿਕਟਿਡ ਹੋ ਚੁੱਕਾ ਹੁੰਦਾ ਵਾ। ਹੁਣ ਅਗਰ ਉਹ ਨਸ਼ੇ ਨੂੰ ਨਹੀਂ ਲੈਂਦਾ ਤੇ ਉਹਦਾ ਬੋਡੀ ਏਕਸ, ਡਿਪਰੈਸ਼ਨ, ਐਪੀਟਾਈਟ ਲੋਸ ਹੋ ਜਾਣਾ, ਨੀਂਦ ਨਾ ਆਉਣਾ, ਐਸੀਆਂ ਪ੍ਰੋਬਲਮਸ ਉਹਨੂੰ ਲੱਗਣ ਲੱਗ ਪੈਂਦੀਆਂ ਨੇ, ਫਿਰ ਉਹਨੂੰ ਮਜ਼ੇ ਕਰਕੇ ਨਹੀਂ ਲੋੜ ਕਰਕੇ ਨਸ਼ੇ ਦੇ ਵਿੱਚ ਫਸੇ ਰਹਿਣਾ ਪੈਂਦਾ ਵਾ। ਔਰ ਦੁੱਖ ਦੀ ਗੱਲ ਹੈ ਵੀ ਨਸ਼ਾ ਇੱਕ ਐਸੀ ਚੀਜ਼ ਹੈ ਕਿ ਅੱਜ ਜੇ 500 ਮਿਲੀਗ੍ਰਾਮ ਚੀਜ਼ ਜਾਂ 1 ਗ੍ਰਾਮ ਚੀਜ਼ ਦੇ ਨਾਲ ਕਿਸੇ ਨੂੰ ਨਸ਼ਾ ਹੋ ਰਿਹਾ, ਅਗਲੀ ਵਾਰੀ ਉਹਨੂੰ 2 ਗ੍ਰਾਮ ਲੈਣੀ ਪਏਗੀ, ਫਿਰ 3 ਗ੍ਰਾਮ, ਗ੍ਰਾਮ ਵੱਧਦੇ ਜਾਂਦੇ ਨੇ। ਜਾਂ ਐਲਕੋਹਲ ਜਿਸ ਤਰ੍ਹਾਂ ਆਪਾਂ ਕੋਈ ਡਰਿੰਕ ਕਰਦਾ ਤਾਂ ਉਹਨੂੰ ਕੁਆਂਟਿਟੀ ਵੱਧਦੀ ਜਾਂਦੀ ਹੈ, ਔਰ ਬੰਦਾ ਉਸ ਦਲਦਲ 'ਚ ਬੁਰੀ ਤਰ੍ਹਾਂ ਫਸ ਜਾਂਦਾ। ਇਹ ਵੀ ਕੇਸ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਏ ਨੇ ਕਿ ਜਦੋਂ ਬੰਦਾ ਛੱਡਦਾ ਤਾਂ ਉਦੋਂ ਸਗੋਂ ਜ਼ਿਆਦਾ ਪ੍ਰੋਬਲਮ ਆਉਂਦੀ, ਫਿਰ ਡਾਕਟਰ ਰਿਕਮੈਂਡ ਕਰਦੇ ਨੇ ਵੀ ਤੁਸੀਂ ਇਹਨੂੰ ਬਿਲਕੁਲ ਨਾ ਛਡਾਓ। ਦੇਖੋ ਉਹਦਾ ਕਾਰਨ ਹੈ ਵੈ, ਆਯੁਰਵੇਦ 'ਚ ਵੀ ਇਹ ਕਿਹਾ ਗਿਆ ਵੈ ਕਿ ਅੰਸ਼ ਆਂਸ਼ ਕਲਪਨਾ ਜੀ ਟੈਪਰਿੰਗ ਡਾਊਨ। ਆਚਾਰਿਆ ਚਰਕ ਨੇ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਨੂੰ ਛੱਡਣ ਦਾ ਇੱਕ ਬੜਾ ਵਧੀਆ ਤਰੀਕਾ ਜਿਹੜਾ ਵਾ ਉਹ ਦੱਸਿਆ ਵਾ ਕਿ ਅਗਰ ਤੁਸੀਂ ਇੱਕ ਚੀਜ਼ ਛੱਡਣੀ ਹੈ, ਹੁਣ ਮੈਂ ਤਾਂ ਅਗਰ ਕਿਸੇ ਨੂੰ ਸਿਗਰਟ ਵੀ ਛੁਡਵਾਉਂਦਾ ਨਾ, ਮਤਲਬ ਮੇਰੇ ਕੋਲ ਸਿਗਰਟ ਵਾਲੇ ਵੀ, ਸਮੋਕਿੰਗ ਵਾਲੇ ਵੀ ਆਉਂਦੇ ਨੇ, ਹੁਣ ਘੱਟ ਗਏ ਨੇ, ਪਹਿਲੇ ਬੜੇ ਆਉਂਦੇ ਸੀ, ਤੇ ਮੈਂ ਉਹਨੂੰ ਕੀ ਕਰਦਾ ਸੀ ਕਿ ਜੇ ਸਿਗਰਟ ਤੁਹਾਡੀ ਇੱਕ ਉਂਗਲ ਜਿੰਨੀ ਲੰਬੀ ਹੈ ਨਾ ਤੇ ਤੁਸੀਂ ਸਿਗਰਟ ਪੀਣੀ ਹੈ, ਮਨ ਨੂੰ ਤਸੱਲੀ ਰਹੇ, ਉਹਨੂੰ ਕੈਂਚੀ ਨਾਲ ਕੱਢ ਦੇਣਾ ਵਾ, ਉਹਦਾ ਚੌਥਾ ਹਿੱਸਾ ਕੈਂਚੀ ਨਾਲ ਕੱਢ ਦਿਓ ਸਿਗਰਟ ਦਾ, ਉਹ ਛੋਟੀ ਹੋ ਜਾਏਗੀ। ਉਸ ਤੋਂ ਅਗਲੀ ਵਾਰੀ 2 ਕੁ ਦਿਨਾਂ ਬਾਅਦ ਉਹਦਾ ਹੋਰ ਚੌਥਾ ਹਿੱਸਾ ਕੱਢ ਦਿਓ, ਉਹ ਅੱਧੀ ਰਹਿ ਜਾਏਗੀ। ਤੀਜੀ ਵਾਰੀ ਜਿਹੜਾ ਵਾ ਉਹਦਾ ਹੋਰ ਚੌਥਾ ਹਿੱਸਾ ਕੱਢ ਦਿਓ, ਚੌਥੀ ਵਾਰੀ ਆਉਂਦੇ ਦੇਖਣ ਤੁਹਾਡੀ ਉਂਗਲ 'ਤੇ ਜਦੋਂ ਸਿਗਰਟ ਜਿਹੜੀ ਉਹਦੀ ਅੱਗ ਲੱਗਣੀ ਸ਼ੁਰੂ ਹੋ ਜਾਏਗੀ, ਔਰ ਤੁਹਾਨੂੰ ਆਦਤ ਵੀ ਛੁੱਟ ਗਈ ਹੋਏਗੀ, ਤੁਸੀਂ ਆਪ ਛੱਡੋਗੇ। ਉਹਦੇ ਨਾਲ ਨਾਲ ਆਪਾਂ ਸਪੋਰਟਿਵ ਮੈਡੀਕੇਸ਼ਨਸ ਦੇ ਦਿੰਦੇ ਹਾਂ ਕਿ ਜਿਹੜਾ ਉਹ ਨਸ਼ਾ ਸਰੀਰ ਨੂੰ ਛੱਡਣ ਦੇ ਉੱਪਰ ਤੰਗੀ ਦੇ ਰਿਹਾ ਵਾ ਉਹ ਸਾਡੀ ਜ਼ਿੰਮੇਵਾਰੀ ਹੈ ਐਜ਼ ਅ ਫਿਜ਼ੀਸ਼ੀਅਨ। ਇਹ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਅਗਰ ਇੱਕ ਵਿਅਕਤੀ ਸਾਡੇ ਕੋਲ ਨਸ਼ਾ ਛੁਡਾਉਣ ਆ ਰਿਹਾ ਆਪਾਂ ਨੂੰ ਫੀਲਿੰਗ ਨਾ ਜੀ। ਬਿਲਕੁਲ ਜੀ ਡਾਕਟਰ ਸਾਹਿਬ, ਨਾਲ ਨਾਲ ਬ੍ਰੇਕ ਦਾ ਵੀ ਸਮਾਂ, ਪਰ ਨਾਲ ਨਾਲ ਅਸੀਂ ਸੋਚਦੇ ਕਾਲ ਵੀ ਲੈ ਲਈਏ, ਅਤੇ ਕਾਲ ਇੱਕ ਲੈ ਲੈਂਦੇ ਹਾਂ, ਮੇਰੇ ਫੋਨ 'ਤੇ ਸੈੱਲ ਫੋਨ 'ਤੇ ਵੀ ਕਾਲ ਆ ਰਹੀਆਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੱਗੀ ਸਾਹਿਬ ਜੀ? ਕਿਰਪਾ ਸਰ, ਕੌਣ ਬੋਲਦੇ? ਤੁਰਿੰਦ ਪਤਾਲੀਆ ਬੋਲਦਾ ਪਿਆ, ਡਾਕਟਰ ਨਾਲ ਗੱਲ ਕਰ ਸਕਦਾ ਜੀ? ਕਦੋਂ ਗੱਲ ਕਰ ਸਕਦਾ? ਹਾਂ ਡਾਕਟਰ ਸਾਹਿਬ ਨਾਲ ਕਰੋ ਜੀ ਗੱਲ, ਡਾਕਟਰ ਸਾਹਿਬ ਸਾਹਮਣੇ ਬੈਠੇ ਜੀ। ਬਿਲਕੁਲ, ਓਕੇ, ਥੈਂਕ ਯੂ, ਕਰੋ ਗੱਲ ਜੀ। ਹੈਲੋ ਡਾਕਟਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਰੋ ਗੱਲ ਜੀ, ਡਾਕਟਰ ਸਾਹਿਬ ਸੁਣ ਰਹੇ ਨੇ, ਜਵਾਬ ਦੇਣਗੇ ਤੁਹਾਡੀ ਗੱਲ ਦਾ। ਬਤਾਲੀ ਸਾਹਿਬ, ਓਕੇ, ਹਾਂਜੀ ਬੋਲੋ, ਕੀ ਸਵਾਲ ਡਾਕਟਰ ਸਾਹਿਬ? ਜਦੋਂ ਬੰਦਾ ਬੁੱਢਾ ਹੋ ਜਾਂਦਾ ਜੀ, ਬੜਾ ਚਾਹ ਪੀਂਦਾ ਤੇ ਕੀ ਹਾਲਤ ਹੈ ਉਹਦੀ? ਮਾੜੀ ਹਾਲਤ ਹੈ, ਰਾਈਟ ਜੀ? ਕੀ ਇਲਾਜ ਹੈ ਉਹਦੇ ਵਾਸਤੇ? ਨਹੀਂ, ਤੁਹਾਡਾ ਸਵਾਲ ਜੀ ਡਾਕਟਰ ਸਾਹਿਬ ਸਮਝ ਆਇਆ ਜੀ ਸਵਾਲ? ਤੁਸੀਂ ਮੈਨੂੰ ਰਿਪੀਟ ਕਰ ਦਿਓ ਜੱਗੀ ਜੀ, ਕਿ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਤੇ ਸ਼ਰਾਬ ਪੀਂਦਾ ਤੇ ਉਹਦੀ ਕੀ ਹਾਲਤ ਹੁੰਦੀ? ਇਹ ਤੁਸੀਂ ਕਿਸੇ ਬਿਮਾਰੀ ਦਾ ਹੱਲ ਪੁੱਛੋ ਜੀ, ਕੋਈ ਬਤਾਲੀਆ ਸਾਹਿਬ ਕੋਈ ਗੱਲਬਾਤ ਜਿਹੜੀ ਹੈ,
ਤੇ ਨਹੀਂ ਨਹੀਂ ਰੋਟੀ ਚੰਗੀ ਖਾਣੀ ਜੇ ਨਾ ਪੀਓ ਤੇ ਰੋਟੀ ਨਹੀਂ ਖਾਧੀ ਜਾਂਦੀ। ਅੱਛਾ ਜੀ ਅੱਛਾ ਅੱਛਾ ਡਾਕਟਰ ਸਾਹਿਬ ਨਹੀਂ ਸਵਾਲ ਠੀਕ ਹੈ ਹੁਣ ਗੱਲ ਇਹਨਾਂ ਦੀ ਸਮਝ ਆਈ ਹੈ। ਇਹ ਕਹਿੰਦੇ ਵੀ ਜੇ ਸੋਰੀ ਫੋਨ ਕੱਟਿਆ ਗਿਆ ਦੁਬਾਰਾ ਕਰ ਲਿਓ ਜੇ ਕੋਈ ਹੋਰ ਸਵਾਲ ਆ ਤਾਂ। ਇਹ ਕਹਿੰਦੇ ਵੀ ਰੋਟੀ ਨਹੀਂ ਖਾਧੀ ਜਾਂਦੀ ਜੇ ਨਾ ਪੀਓ ਤਾਂ ਆਦਤ ਐਸੀ ਬਣੀ ਹੋਈ ਵੀ ਇਹਦਾ ਕੀ ਹੱਲ ਹੈ? ਹਾਂ ਹੁਣ ਗੱਲ ਸਮਝ ਆਈ ਉਹਦੇ ਉੱਤੇ ਉਹਦੇ ਵਾਸਤੇ ਆਯੁਰਵੇਦ ਦੇ ਬਜ਼ੁਰਗ ਆਸਵ ਆਉਂਦੇ ਨੇ। ਡਾਕਟਰ ਸਾਹਿਬ ਇੱਕ ਮਿੰਟ, ਏਜ ਨੇ ਬਜ਼ੁਰਗ ਨੇ ਉਹਨਾਂ ਦੇ ਕਹਿਣ ਤੋਂ ਚਲੋ ਹੱਸ ਕੇ ਉਹਨਾਂ ਨੇ ਇਸ ਕਰਕੇ ਕਿਹਾ ਵੀ ਅਤੇ ਪਰ ਸਵਾਲ ਉਹਨਾਂ ਦਾ ਵਧੀਆ ਸੀ। ਹਾਂਜੀ ਬਿਲਕੁਲ ਜੀ, ਜਿਸ ਤਰ੍ਹਾਂ ਇਸ ਤਰ੍ਹਾਂ ਉਮਰ ਵੱਧਦੀ ਹੈ ਜਦੋਂ ਉਹ ਚੀਜ਼ਾਂ ਇੰਨੀਆਂ ਜ਼ਿਆਦਾ ਆਦਤ 'ਚ ਪੈ ਜਾਂਦੀਆਂ ਨੇ ਉਸ ਏਜ 'ਚ ਉਹਨਾਂ ਨੂੰ ਛੱਡਣਾ ਔਖਾ ਹੋ ਜਾਂਦਾ ਹੈ। ਉਹਦੇ ਵਾਸਤੇ ਫਿਰ ਆਯੁਰਵੇਦ 'ਚ ਸਬਸਟੀਟਿਊਟ ਦੱਸੇ ਗਏ ਨੇ। ਸਬਸਟੀਟਿਊਟ ਦਾ ਮਤਲਬ ਆਸਵ, ਐਸੀ ਸ਼ਰਾਬ, ਐਸੀ ਐਲਕੋਹਲ ਜਿਹੜੀ ਸਰੀਰ ਨੂੰ ਨੁਕਸਾਨ ਨਾ ਕਰੇ। ਆਯੁਰਵੇਦ 'ਚ ਘੱਟੋ ਘੱਟ 150 ਤਰ੍ਹਾਂ ਦੀਆਂ ਐਸੀਆਂ ਐਲਕੋਹਲਸ ਨੇ ਜਿਹੜੀਆਂ ਨੁਕਸਾਨ ਨਹੀਂ ਕਰਦੀਆਂ। ਤੁਸੀਂ ਸ਼ਰਾਬ ਦੀ ਜਗ੍ਹਾ 'ਤੇ ਉਹ ਇਸਤੇਮਾਲ ਕਰ ਸਕਦੇ ਹੋ। ਦਰਾਕਸ਼ ਆਸਵ, ਅੰਗੂਰਾਂ 'ਤੇ ਬਣਿਆ ਆਸਵ ਹੈ, ਮ੍ਰਿਤ ਸੰਜੀਵਨੀ ਸੁਰਾ, ਬਹੁਤ ਸਾਰੇ ਐਸੇ ਆਸਵ ਆਉਂਦੇ ਨੇ। ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਮੈਂ ਕੋਸ਼ਿਸ਼ ਕਰਾਂਗਾ। USA 'ਚ ਸਾਡੀ ਕੰਪਨੀ ਤਾਂ ਨਹੀਂ, USA 'ਚ ਬਣਾਉਂਦੀ, ਲੇਕਿਨ ਜਿਹੜੀ ਵੀ ਕੰਪਨੀ ਤਿਆਰ ਕਰਦੀ ਹੋਏਗੀ ਤੁਹਾਨੂੰ ਉਹਦੇ ਬਾਰੇ ਗਾਈਡ ਕਰ ਦੇਵਾਂਗਾ ਜੀ। ਹੋਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਜੀ ਤੇ ਕੀ ਸਵਾਲ ਤੁਹਾਡਾ? ਮੇਰਾ ਸਵਾਲ ਹੈਗਾ ਰੂਮੈਟੋਇਡ ਆਰਥਰਾਈਟਿਸ ਬਾਰੇ। ਜੀ ਪੁੱਛੋ ਜੀ। ਬਿਲਕੁਲ ਜੀ, ਰਿਊਮੇਟਾਇਡ ਆਰਥਰਾਈਟਿਸ ਦੀ ਆਪਾਂ ਗੱਲ ਕਰ ਰਹੇ ਹਾਂ। ਆਰਏ ਫੈਕਟਰ ਵੀ ਆਯੁਰਵੇਦ ਦੀ ਮਦਦ ਦੇ ਨਾਲ ਹੌਲੀ ਹੌਲੀ ਘਟਦੇ ਘਟਦੇ ਪੋਜ਼ਿਟਿਵ ਤੋਂ ਬੜੇ ਪੇਸ਼ੈਂਟਸ ਦਾ ਨੈਗੇਟਿਵ ਹੋ ਜਾਂਦਾ ਵਾ। ਜਿਹੜੀ ਮਾਰਨਿੰਗ ਸਟਿਫਨੈਸ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਰਿਊਮੇਟਾਇਡ ਆਰਥਰਾਈਟਿਸ, ਤੁਸੀਂ ਇੱਕ ਮਿੰਟ ਡਾਕਟਰ ਸਾਹਿਬ ਤੁਸੀਂ ਨਾ ਜੀ ਇਹ TV ਦੇ ਉੱਪਰ ਡਾਕਟਰ ਸਾਹਿਬ ਦਾ ਜਵਾਬ ਸੁਣੋ, ਤੁਹਾਨੂੰ ਤਾਂ ਸਹੀ ਸਮਝ ਆਏਗਾ, ਇੱਥੋਂ ਨਹੀਂ ਸਮਝ ਆਉਣਾ। ਤੁਸੀਂ ਮੈਂ ਫੋਨ ਤੁਹਾਡਾ ਕੱਢਦਾ TV 'ਤੇ ਸੁਣਾ। ਹਾਂਜੀ ਡਾਕਟਰ ਸਾਹਿਬ ਦੁਬਾਰਾ ਦੱਸੋ ਜੀ ਜਵਾਬ। ਰਿਊਮੇਟਾਇਡ ਆਰਥਰਾਈਟਿਸ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ, ਆਰਏ ਫੈਕਟਰ ਵੀ ਪੋਜ਼ਿਟਿਵ ਤੋਂ ਆਯੁਰਵੇਦ 'ਚ ਬੜੇ ਕੇਸਿਸ 'ਚ ਨੈਗੇਟਿਵ ਹੋ ਜਾਂਦਾ ਵੈ। ਆਪਾਂ ਰੈਗੂਲਰਲੀ ਰਿਪੋਰਟਸ ਨੂੰ ਘੱਟਦੇ ਦੇਖ ਸਕਦੇ ਹਾਂ। ਸਭ ਤੋਂ ਵੱਡਾ ਫਾਇਦਾ ਆਯੁਰਵੇਦ ਦਾ ਹੈ ਕਿ ਰਿਊਮੇਟਾਇਡ ਆਰਥਰਾਈਟਿਸ ਜਿਹਨੂੰ ਆਯੁਰਵੇਦ 'ਚ ਆਮ ਬਾਤ ਕਿਹਾ ਗਿਆ, ਬੰਦੇ ਦੇ ਸਰੀਰ 'ਚ ਜਕੜਾਹਟ ਬੜੀ ਹੋ ਜਾਂਦੀ ਜਦੋਂ ਬੰਦਾ ਰਾਤੀ ਸੋ ਕੇ ਸਵੇਰੇ ਉੱਠਦਾ, ਸਰੀਰ ਜਕੜਿਆ ਹੁੰਦਾ ਪੂਰਾ। ਸਭ ਤੋਂ ਪਹਿਲਾ ਫਾਇਦਾ ਰਿਊਮੇਟਾਇਡ ਆਰਥਰਾਈਟਿਸ ਦੇ ਅੰਦਰ ਬੰਦੇ ਨੂੰ ਉਸ ਜਕੜਾਹਟ 'ਚ ਹੀ ਮਿਲਦਾ। ਔਰ ਆਮ ਬਾਤ, ਰਿਊਮੇਟਾਇਡ ਆਰਥਰਾਈਟਿਸ ਆਯੁਰਵੇਦ 'ਚ ਪੂਰੀ ਤਰ੍ਹਾਂ ਦੇ ਨਾਲ ਕਵਰ ਹੋ ਸਕਦਾ ਜੀ। ਡਿਫੋਰਮਿਟੀਜ਼ ਜੁਆਇੰਟਸ ਦੀਆਂ ਆ ਗਈਆਂ, ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦੀਆਂ। ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਤੁਹਾਡਾ ਆਰਏ ਫੈਕਟਰ ਦਾ ਟੈਸਟ ਹੋਇਆ ਹੈ ਜਾਂ ਹੋਰ ਤੁਹਾਡੀਆਂ ਕੋਈ ਵੀ ਡਿਟੇਲਸ ਨੇ, ਜਿਹੜਾ ਸਾਡਾ ਵਟਸਐਪ ਨੰਬਰ ਤੁਸੀਂ ਦੇਖ ਪਾ ਰਹੇ ਹੋ, ਇਹਦੇ ਉੱਪਰ ਤੁਸੀਂ ਸੈਂਡ ਕਰੋ, ਫਿਰ ਮੇਰੀ ਟੀਮ ਡਿਟੇਲ ਹਿਸਟਰੀ ਤੁਹਾਡੇ ਕੋਲ ਇੱਕ ਵਾਰੀ ਲਵੇਗੀ। ਔਰ ਤੁਸੀਂ ਪਾਣੀ ਜਿੰਨੀ ਵਾਰੀ ਪੀਣਾ, ਗਰਮ ਪਾਣੀ ਪੀਣਾ ਜੀ। ਜੀ ਅਤੇ ਪਾਣੀ ਗਰਮ ਸੁਣ ਰਹੇ ਹੋਣਗੇ ਜੀ ਸਾਡੇ ਦਰਸ਼ਕ, ਜੇ ਫਿਰ ਵੀ ਸਵਾਲ ਦਾ ਕੋਈ ਜਵਾਬ ਦੇਣਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਦਾ ਨੰਬਰ ਜਿਹੜਾ ਉਹ ਸਕਰੀਨ 'ਤੇ ਆ ਰਿਹਾ ਹੈਗਾ, ਵਟਸਐਪ ਨੰਬਰ ਵੀ ਹੈਗਾ ਅਤੇ ਨਾਲ ਨਾਲ ਇੱਕ ਟੋਲ ਫਰੀ ਨੰਬਰ ਵੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਤੋਂ ਗੱਲ ਕਰੋਗੇ ਤੁਹਾਨੂੰ ਕੋਈ ਪੈਸਾ ਉਹਦਾ ਨਹੀਂ ਪਏਗਾ। ਡਾਕਟਰ ਸਾਹਿਬ ਇੱਕ ਬ੍ਰੇਕ ਲੈਣੀ ਪੈਣੀ ਹੈ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਦੇ ਰਹੋ, ਬ੍ਰੇਕ ਤੁਹਾਨੂੰ ਪਤਾ ਹੀ ਹੈ ਜ਼ਰੂਰੀ ਹੈਗੀ ਹੈ। ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ, ਕੋਈ ਵੀ ਤੁਹਾਡਾ ਸਵਾਲ ਹੋਵੇ, ਕੋਈ ਵੀ ਜ਼ਿਹਨ ਦੇ ਵਿੱਚ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਤੁਹਾਨੂੰ ਤਾਂ ਉਹਦਾ ਜਵਾਬ ਜਿਹੜਾ ਨਵਦੀਪ ਸ਼ਰਮਾ ਜੀ ਕੋਲ ਲੈ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਅਤੇ ਸਾਡੇ ਜੁੜੇ ਡਾਕਟਰ ਨਵਦੀਪ ਸ਼ਰਮਾ, ਸਾਡੀ ਹਰ ਸਿਹਤ ਦੀ ਸਮੱਸਿਆ ਬਾਰੇ ਜਾਣਕਾਰੀ ਉਹ ਦੇ ਰਹੇ ਆ। ਤੁਸੀਂ ਵੀ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤਾਂ ਕਾਲ ਕਰਕੇ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ ਨਾਲ ਜੁੜਦੇ ਹਾਂ ਅਤੇ ਉਹਨਾਂ ਕੋਲੋਂ ਜਾਣਦੇ ਹਾਂ ਹੋਰ ਸਿਹਤ ਸੰਬੰਧੀ ਗੱਲਾਂ ਬਾਤਾਂ ਜੀ। ਜੀ ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ, ਨਾਲ ਨਾਲ ਗੱਲ ਕਰੀਏ, ਕਾਲ ਲੈ ਕੇ ਤਾਂ ਅਸੀਂ ਅਗਲੀ ਗੱਲ ਕਰਾਂਗੇ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕੁਮਾਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਰਾਜਕੁਮਾਰ ਜੀ। ਜੀ ਜੀ ਹਾਂਜੀ ਹਾਂਜੀ ਰਾਜਕੁਮਾਰ ਜੀ ਬੋਲੋ ਜੀ। ਸਰ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰ ਰਿਹਾ ਵੀ ਮੈਨੂੰ ਦੱਸੋ ਪੈਸੇ ਕਿੰਨੇ ਤੇ ਕਿੱਥੇ ਭੇਜਾਂ। ਨਹੀਂ ਤੁਸੀਂ ਫੋਨ ਕਰਕੇ ਉਹਨਾਂ ਨੂੰ ਪੁੱਛ ਕਰ ਲਿਓ ਨਾ ਗੱਲ, ਤੁਹਾਡੀ ਗੱਲਬਾਤ ਹੋ ਗਈ ਦਵਾਈ ਦੀ, ਮੈਡੀਸਿਨ ਵਗੈਰਾ ਦੀ ਗੱਲਬਾਤ? ਕਹਿੰਦੇ ਦਵਾਈ ਬਣੀ ਪਈ ਮੈਨੂੰ ਦੱਸਣ ਦੇ ਦਵਾਈ ਕਾਹਦੀ ਬਣੀ ਪਈ ਆ ਤੇ ਕਿੰਨੇ ਪੈਸੇ ਆ ਉਹਦੇ, ਕਿੱਥੇ ਭੇਜਾਂ। ਮੇਰੇ ਕੀ ਪ੍ਰੋਸੀਜਰ ਹੈ ਉਹ ਤੋਂ ਬਾਅਦ ਦੱਸ ਦਿਓ ਤੁਸੀਂ, ਆਉਣੇ ਦੱਸ ਦਿਓ ਸਾਰਿਆਂ ਨੂੰ।
ਮੈਂ ਵੈਦ ਰਾਜੀਵ ਸੇਠੀ ਜੀ ਨੂੰ ਵੀ ਬੋਲ ਦਿੰਦਾ ਜੀ, ਉਹ ਹਿਕਸਵਿਲ ਜੀ ਨੇ ਤੁਹਾਨੂੰ ਕੰਟੈਕਟ ਕਰ ਲੈਂਦੇ ਨੇ ਰਾਜਕੁਮਾਰ ਜੀ ਨੂੰ, ਔਰ ਤੁਹਾਨੂੰ ਪ੍ਰੋਪਰ ਗਾਈਡ ਕਰ ਦਿੰਦੇ ਨੇ, ਅਦਰਵਾਈਜ਼ ਅੰਮ੍ਰਿਤਸਰ ਟੀਮ ਵੀ ਤੁਹਾਨੂੰ ਕਾਲ ਕਰ ਲੈਂਦੀ ਹੈ ਤੁਹਾਡੇ ਨੰਬਰ ਉੱਪਰ ਜੀ। ਹਾਂ, ਕਿਉਂਕਿ ਇਹਨਾਂ ਨੇ ਹੋ ਸਕਦਾ ਉੱਥੇ ਗੱਲ ਕੀਤੀ ਹੋਵੇ ਸਟਾਫ ਨਾਲ, ਅਤੇ ਉਹਨਾਂ ਨੇ ਮੈਡੀਸਿਨ ਵਗੈਰਾ ਕਰਕੇ ਜੋ ਵੀ ਤਿਆਰ ਕਰਕੇ ਵੀ ਉਹ ਭੇਜਣੀ ਬਾਕੀ ਰਹਿੰਦੀ ਹੋਣੀ ਹੈ। ਸੋ ਇਹ ਜ਼ਰੂਰ ਇੱਕ ਦੇਖਿਓ ਤਾਂ ਆਪਣੇ ਸਟਾਫ ਨਾਲ ਗੱਲ ਕਰਕੇ ਜਿਹੜੇ ਵੀ ਹੈਗੇ। ਅੱਛਾ, ਅਸੀਂ ਗੱਲ ਕਰ ਰਹੇ ਸੀ ਵੱਖਰੀ, ਇੱਕ ਮੈਨੂੰ ਆਹ ਹੁਣ ਆਇਆ ਮੈਸੇਜ ਇੱਥੇ ਸਾਡੇ ਹੈਗੇ ਨੇ ਸੁੱਖ ਸੰਧੂ ਹੈ, ਬੰਦਾ ਸਾਡੇ ਜਾਣਦੇ ਹੀ ਆ, ਅਤੇ ਉਹ ਕਹਿੰਦੇ ਵੀ ਉਹ ਪੁੱਛਿਓ ਡਾਕਟਰ ਸਾਹਿਬ ਨੂੰ ਵੀ ਉਹ ਨੀਂਦ ਬੜੀ ਆਉਂਦੀ ਹੈ, ਜੇ ਮਤਲਬ ਬੈਠ ਜਾਂਦਾ ਤਾਂ ਨੀਂਦ ਆਈ ਕੰਮ ਕਰਦਾ ਰਹਾਂ ਠੀਕ ਹੈ, ਇਹ ਕੋਈ ਬਿਮਾਰੀ ਹੈ ਜਾਂ ਵੈਸੇ ਹੀ ਹੈ? ਦੇਖੋ, ਕੁਛ ਹੱਦ ਤੱਕਣ ਤਾਂ ਬੋਡੀ ਟਾਈਪ ਵੀ ਹੈ, ਆਯੁਰਵੇਦ 'ਚ ਮੰਨਿਆ ਜਾਂਦਾ ਕਿ ਜਿਹੜੇ ਵਿਅਕਤੀਆਂ ਦੀ ਬੋਡੀ ਟਾਈਪ ਕਫਜ਼ ਹੈ ਉਹਨਾਂ ਨੂੰ ਨੀਂਦ ਨੋਰਮਲ ਨਾਲੋਂ ਜ਼ਿਆਦਾ ਆਉਂਦੀ ਹੈ। ਹੁਣ ਜੇ ਤਾਂ ਬਚਪਨ ਤੋਂ ਹੀ ਨੀਂਦ ਕਿਸੇ ਨੂੰ ਦੂਜਿਆਂ ਨਾਲੋਂ ਵੱਧ ਆਉਂਦੀ ਹੈ ਫਿਰ ਉਹ ਬਿਮਾਰੀ ਨਹੀਂ ਹੈ, ਲੇਕਿਨ ਅਗਰ ਇੱਕ ਬੰਦਾ ਬਿਲਕੁਲ ਠੀਕ ਸੀ ਪਿਛਲੇ ਇੱਕ ਸਾਲ ਤੋਂ, ਦੋ ਸਾਲ ਤੋਂ ਜਾਂ ਕੁਛ ਸਾਲਾਂ ਤੋਂ ਆਲ ਆਫ ਅ ਸਡਨ ਬੋਡੀ 'ਚ ਚੇਂਜ ਆਇਆ ਕਿ ਹੁਣ ਨੀਂਦ ਜ਼ਿਆਦਾ ਆਉਣੀ ਸ਼ੁਰੂ ਹੋ ਗਈ ਹੈ, ਇਹਦਾ ਮਤਲਬ ਹੈ ਕਿ ਬੋਡੀ ਦੇ ਅੰਦਰ ਜਿਹੜੇ ਨਿਊਰੋ ਟਰਾਂਸਮੀਟਰਸ ਨੇ ਉਹ ਘਾਟੇ ਹੋ ਸਕਦੇ ਨੇ। ਸਾਨੂੰ ਨਿਊਰੋ ਟਰਾਂਸਮੀਟਰਸ ਨੂੰ ਵਧਾਉਣ ਵਾਸਤੇ ਜਿਹੜੇ ਨਿਊਰੋਟੋਨਿਕ ਆਯੁਰਵੇਦ 'ਚ ਦੱਸੇ ਗਏ ਨੇ, ਬ੍ਰਹਮੀ, ਵਚਾ, ਚੋਰਕ, ਇਹੋ ਜਿਹੜੇ ਨਿਊਰੋਟੋਨਿਕਸ ਨੇ, ਕੌਂਚ, ਕੌਂਚ ਪਾਕ ਦੇ ਫੋਰਮ 'ਚ ਆਉਂਦਾ ਵੈ, ਆਪਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਯੂਜ਼ ਕਰ ਸਕਦੇ ਹਾਂ। ਅਗਰ ਸਾਡੀ ਕਿਸੇ ਆਪਾਂ ਪ੍ਰੈਪਰੇਸ਼ਨ ਦੀ ਗੱਲ ਕਰੀਏ ਤਾਂ ਇੱਕ ਕੈਪਸੂਲ ਆਉਂਦੇ ਨੇ ਜੱਗੀ, ਜਿਹਦਾ ਨਾਮ ਹੈ ਮੈਮ ਪਲੱਸ ਕੈਪਸੂਲਸ। ਅੱਛਾ ਜੀ, ਮੈਮ ਪਲੱਸ ਕੈਪਸੂਲਸ ਨੇ, ਇਹਦੇ 'ਚ ਆਯੁਰਵੇਦ ਦੇ ਸਾਰੇ ਨਿਊਰੋਟੋਨਿਕਸ ਵਾਲੀਆਂ ਹਰਬਸ ਪਾਈਆਂ ਗਈਆਂ ਨੇ, ਉਹ ਨਾਲ ਜਿਹੜਾ ਹੈ ਉਹ ਲਿੱਤਾ ਜਾ ਸਕਦਾ ਵੈ, ਔਰ ਗਰਮ ਦੁੱਧ ਦਿਨ 'ਚ ਇੱਕ ਵਾਰੀ ਜ਼ਰੂਰ ਲੈਣਾ ਵੈ, ਇਹਦੇ ਨਾਲ ਜਿਹੜਾ ਐਕਸੈਸਿਵ ਅਗਰ ਨੀਂਦ ਕਿਸੇ ਨੂੰ ਸ਼ੁਰੂ ਹੋ ਗਈ ਆਉਣੀ ਤਾਂ ਉਹ ਕਵਰ ਹੋ ਜਾਏਗੀ। ਨਹੀਂ, ਕਈ ਦੇਖੇ ਬੰਦੇ ਜਿੱਦਾਂ ਯੰਗ ਏਜ ਹੀ ਹੈਗੀ ਆ, ਯੰਗ ਏਜ ਹੀ ਹੁੰਦੀ ਆ, ਅਤੇ ਇੱਥੋਂ ਤੱਕ ਹੈਗੇ ਆ ਕਿ ਗੱਡੀ ਡਰਾਈਵ ਕਰਦੇ ਕਰਦੇ ਨੀਂਦ ਆ ਜਾਂਦੀ ਹੈ, ਜਾਂ ਕਈ ਵਾਰੀ ਤਾਂ ਖਾਣਾ ਖਾਂਦੇ ਖਾਂਦੇ ਬੈਠੇ ਥੋੜ੍ਹੀ ਦੇਰ ਸੋਚਿਆ ਅਤੇ ਉਦੋਂ ਨੀਂਦ ਆ ਜਾਂਦੀ ਬੰਦੇ ਨੂੰ, ਉਹਦਾ ਕੀ ਕਾਰਨ? ਉਹ ਤਾਂ ਮੇਰੇ ਖਿਆਲ ਵਾਕਈ ਬਿਮਾਰੀ ਹੈ ਫਿਰ। ਬਿਲਕੁਲ ਜੀ, ਬਿਲਕੁਲ, ਉਹੀ ਕਾਰਨ ਹੈ ਕਿ ਨਿਊਰੋ ਟਰਾਂਸਮਿਟਰ ਸਾਡੀ ਬੋਡੀ 'ਚ ਨਾ, ਬ੍ਰੇਨ 'ਚ ਛੋਟੇ ਛੋਟੇ ਨਰਵ ਸੈਲਸ ਹੁੰਦੇ ਨੇ ਜਿਹੜੇ ਕਿ ਬੋਡੀ ਨੂੰ ਮੈਸੇਜ ਦਿੰਦੇ ਨੇ, ਔਰ ਉਹਨਾਂ ਸਾਰਿਆਂ ਨੂੰ ਅੱਗੇ ਮੈਸੇਜ ਪਹੁੰਚਾਉਣ ਵਾਸਤੇ ਕੰਮ ਆਉਂਦੇ ਨੇ ਨਿਊਰੋ ਟਰਾਂਸਮਿਟਰਸ। ਜਦੋਂ ਨਿਊਰੋ ਟਰਾਂਸਮਿਟਰ ਸਾਡੀ ਬੋਡੀ 'ਚ ਘੱਟਦੇ ਨੇ, ਅੱਜ ਕੱਲ੍ਹ ਥੋੜ੍ਹੇ ਜਲਦੀ ਘੱਟਦੇ ਨੇ, ਪਹਿਲੇ ਬੜੀ ਵੱਡੀ ਏਜ 'ਚ ਜਾ ਕੇ ਘੱਟਦੇ ਸੀ ਨਿਊਰੋ ਟਰਾਂਸਮਿਟਰ, ਕਿਉਂਕਿ ਲਾਈਫ ਬੜੀ ਸਟ੍ਰੈਸ ਵਾਲੀ ਹੈ ਤਾਂ ਨਿਊਰੋ ਟਰਾਂਸਮਿਟਰ ਜਲਦੀ ਘੱਟ ਜਾਂਦੇ ਨੇ, ਉਦੋਂ ਇਹ ਪ੍ਰੋਬਲਮ ਆਉਂਦੀ ਹੈ। ਔਰ ਉਹਨਾਂ ਨਿਊਰੋ ਟਰਾਂਸਮਿਟਰ ਨੂੰ ਠੀਕ ਰੱਖਣ ਵਾਸਤੇ ਬ੍ਰਹਮੀ, ਸ਼ੰਖ ਪੁਸ਼ਪੀ, ਵਚਾ, ਚੋਰਕ, ਅਸ਼ਵਗੰਧਾ, ਇਹ ਸਾਰੀਆਂ ਹਰਬਸ ਔਰ ਕ੍ਰੌਂਚ ਬੜਾ ਵਧੀਆ ਕੰਮ ਕਰਦੀਆਂ ਨੇ, ਔਰ ਇਹੀ ਆਪਾਂ ਇਸਤੇਮਾਲ ਕੀਤੀ ਹੋਈ ਹੈ ਮੈਮ ਪਲੱਸ ਕੈਪਸੂਲਸ ਦੇ ਅੰਦਰ। ਕਿ ਕਈ ਵਾਰੀ ਬੰਦਾ ਕਹਿੰਦਾ ਮੈਂ ਇੰਨੇ ਪਾਊਡਰ ਜੇ ਨਹੀਂ ਖਾਣਾ ਚਾਹੁੰਦਾ, ਮੈਂ ਹਾਂ ਤਾਂ ਠੀਕ ਹੀ ਬਿਲਕੁਲ, ਹਾਂਜੀ, ਫਿਰ ਉਹ ਕੈਪਸੂਲ ਖਾ ਸਕਦਾ, ਅਦਰਵਾਈਜ਼ ਇਹਨਾਂ 'ਚੋਂ ਕੋਈ ਵੀ ਹਰਬ ਅਗਰ ਤੁਸੀਂ ਰੂਟੀਨ 'ਚ ਲਓਗੇ ਤੁਸੀਂ ਦੇਖੋਗੇ ਐਕਸੈਸਿਵ ਨੀਂਦ ਅਗਰ ਆ ਰਹੀ ਹੈ ਉਹ ਘਟੇਗੀ। ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਇਹ ਗੱਲ ਦੱਸੀ ਹੈ ਵੀ ਕਾਫੀ ਪ੍ਰੋਬਲਮ, ਮੈਨੂੰ ਵੀ ਇੰਡੀਆ ਸੀਗਾ ਅਤੇ ਪ੍ਰੋਬਲਮ ਆਈ ਸੀ, ਬਾਅਦ ਵਿੱਚ ਚਲੋ ਕਾਫੀ ਹੱਦ ਤੱਕ ਠੀਕ ਹੋ ਗਈ ਔਰ ਕੰਮ ਕਰਦੇ ਆ ਅਤੇ ਕੋਈ ਪ੍ਰੋਬਲਮ ਨਹੀਂ ਹੈ, ਮਾੜਾ ਜਿਹਾ ਬੈਠੇ ਤਾਂ ਨੀਂਦ ਆ ਜਾਂਦੀ ਹੈ। ਅਤੇ ਨਾਲ ਦੇ ਨਾਲ ਡਾਕਟਰ ਸਾਹਿਬ ਅਸੀਂ ਇਸੇ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਕਈਆਂ ਨੂੰ, ਚੱਕਰ ਜਿਹੜੇ ਉਹਨੂੰ ਨਹੀਂ ਹਟਦੇ, ਅਸੀਂ ਮੈਂ ਗੱਲ ਕਰਨੀ ਚਾਹੁੰਦਾ ਸੀ ਜਿਵੇਂ ਪਹਿਲਾਂ ਉਹ ਲੰਬਾ ਵਿਸ਼ਾ ਇਸ ਕਰਕੇ ਸਮਾਂ ਥੋੜ੍ਹਾ ਰਹਿੰਦਾ ਵਿੱਚ ਗੱਲਾਂ ਗੁੱਲਾਂ ਵੀ ਆਉਂਦੀਆਂ, ਵੀ ਮੰਦ ਬੁੱਧੀ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਬਾਰੇ, ਪਰ ਉਹ ਆਪਾਂ ਜਦੋਂ ਅਗਲੀ ਵਾਰ ਰੱਖਾਂਗੇ ਵਿਸ਼ਾ ਇਹ, ਅਤੇ ਬਹੁਤ ਸਾਰੇ ਘਰਾਂ ਦੇ ਵਿੱਚ ਉਹ ਵੀ ਸਮੱਸਿਆ ਹੈਗੀ ਹੈ। ਅਤੇ ਅਸੀਂ ਇਸ ਜਿਹੜੇ ਇਹਦੇ ਨਾਲ ਹੀ ਸੰਬੰਧਿਤ ਹੈਗੀ ਆ ਵੀ ਚੱਕਰ ਆਉਂਦੇ ਨੇ ਬੰਦਿਆਂ ਨੂੰ ਬਹੁਤ ਸਾਰੇ ਨੂੰ ਬਿਨਾਂ ਉੱਠਦੇ ਬਹਿੰਦੇ, ਉਹਦਾ ਕੀ ਕਾਰਨ ਹੁੰਦਾ? ਵੈਸੇ ਠੀਕ ਹੈ ਜਦੋਂ ਉੱਠਦੇ ਹਾਂ ਉਦੋਂ ਆਉਣੇ ਆ, ਜਦੋਂ ਬਹਿਣ ਲੱਗਣਾ ਉਦੋਂ ਆਉਣੇ। 50-60% ਕੇਸਿਸ ਦੇ ਅੰਦਰ ਜਦੋਂ ਚੱਕਰ ਵਾਲੀ ਪ੍ਰੋਬਲਮ ਕੋਈ ਸਾਡੇ ਕੋਲ ਲੈ ਕੇ ਆਉਂਦਾ ਵੈ, ਤੇ ਜਾਂ ਤੇ ਉਹਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ, ਨਾਲ ਸਰਵਾਈਕਲ ਸਪੌਂਡਲਾਈਸਿਸ ਹੁੰਦਾ ਹੈ, ਨੈਕ ਦੀਆਂ ਮਸਲ ਸਟਿਫ ਹੁੰਦੀਆਂ ਨੇ, ਜਾਂ ਉਹਦੇ ਈਅਰ ਦੇ ਅੰਦਰ ਇਨਫੈਕਸ਼ਨ ਹੁੰਦੀ ਹੈ, ਐਟਲੀਸਟ 50-60% ਕੇਸਿਸ 'ਚ। 30-40% ਕੇਸਿਸ 'ਚ ਪੋਸਚਰਲ ਹਾਈਪੋਟੈਂਸ਼ਨ ਹੁੰਦੀ ਹੈ। ਹੁਣ ਪੋਸਚਰਲ ਹਾਈਪੋਟੈਂਸ਼ਨ ਇੱਕ ਬੜੀ ਅਨਕੋਮਨ ਜੀ ਚੀਜ਼ ਹੈ ਜਿਹੜੀ ਹੈ, ਮਤਲਬ ਕੋਈ ਬਹੁਤਾ ਨੁਕਸਾਨ ਕਰਨ ਲਈ ਨਹੀਂ, ਇਲਾਜ ਵੀ ਬੜਾ ਸੌਖਾ ਹੈ, ਲੇਕਿਨ ਆਪਾਂ ਇਗਨੋਰ ਕਰ ਦਿੰਦੇ ਹਾਂ। ਹੁਣ ਉਹ ਕੀ ਚੀਜ਼ ਹੈ ਕਿ ਆਪਾਂ ਆਮ ਤੌਰ 'ਤੇ ਜਦੋਂ ਆਪਣਾ BP ਚੈੱਕ ਕਰਾਉਣ ਜਾਂਦੇ ਹਾਂ, ਸਾਡਾ BP ਬਿਠਾ ਕੇ ਡਾਕਟਰ ਸਾਡਾ ਚੈੱਕ ਕਰ ਦਿੰਦਾ ਵੈ। ਪੋਸਟਰਲ ਹਾਈਪੋਟੈਂਸ਼ਨ ਉਸ ਕੰਡੀਸ਼ਨ ਨੂੰ ਕਹਿੰਦੇ ਹਾਂ ਕਿ ਬੰਦਾ ਲੰਮੇ ਪਿਆ ਵੈ ਤਾਂ ਉਹਦਾ BP ਕੁਛ ਹੋਰ ਹੈ, ਬੰਦਾ ਬੈਠਿਆ ਤਾਂ BP ਚੇਂਜ, ਅਤੇ ਬੰਦਾ ਜੇ ਖੜਾ ਹੋ ਗਿਆ ਵੈ ਤਾਂ ਇਕਦਮ BP ਫਾਲ ਕਰ ਜਾਂਦਾ ਵੈ। ਅੱਛਾ, ਜਦੋਂ ਪੋਸਟਰਲ ਹਾਈਪੋਟੈਂਸ਼ਨ ਹੁੰਦੀ ਹੈ ਉਹ ਜਦੋਂ ਬੰਦਾ ਖੜਾ ਹੁੰਦਾ ਵੈ ਇਕਦਮ BP ਘੱਟਦਾ ਵੈ ਅਤੇ ਉਹਨੂੰ ਚੱਕਰ ਆ ਜਾਂਦਾ ਵੈ। ਉਹਦੇ 'ਚ ਪਾਣੀ ਜਿਹੜਾ ਵੈ ਉਹ ਵੱਧ ਇਸਤੇਮਾਲ ਕਰਨ ਦੀ ਲੋੜ ਹੈ ਨੋਰਮਲ ਦੇ ਨਾਲੋਂ, ਕੁਛ ਡਾਇਟ 'ਚ ਹੋਰ ਵੀ ਚੇਂਜਸ ਕਰਨੇ ਹੁੰਦੇ ਨੇ, ਟੋਪਿਕ ਵੀ ਇੰਪੋਰਟੈਂਟ ਤੁਸੀਂ ਇਹ ਪੁੱਛਿਆ, ਮੈਂ ਕਿਸੇ ਦਿਨ ਪੋਸਟਰਲ ਹਾਈਪੋਟੈਂਸ਼ਨ ਬਾਰੇ ਵੀ ਜ਼ਰੂਰ ਗਾਈਡ ਕਰਨਾ ਚਾਹਾਂਗਾ, ਕਿਉਂਕਿ ਅਕਸਰ ਆਪਾਂ ਇਗਨੋਰ ਕਰ ਦਿੰਦੇ ਹਾਂ। ਬਟ ਹੁਣੇ ਗੱਲ ਕਰਦੇ ਹਾਂ ਸਰਵਾਈਕਲ ਸਪੌਂਡਲਾਈਸਿਸ ਦੀ। ਦੇਖੋ, ਸਾਡੇ ਸਾਰਿਆਂ ਨੂੰ, ਤੁਹਾਡੇ ਔਰ ਮੇਰੇ ਸਮੇਤ, ਆਈ ਦੀ ਰੇਟ 'ਤੇ ਜਦੋਂ ਆਪਾਂ ਰਹਿੰਦੇ ਹਾਂ, ਕੰਮ ਕਰਦੇ ਹਾਂ,
ਆਫਿਸਿਸ ਅੰਦਰ ਜਾਂ ਕਿਤੇ ਵੀ ਆਪਣੀ ਗਰਦਨ ਨੂੰ ਬੜਾ ਸਟਿਫ ਰੱਖਣਾ ਪੈਂਦਾ ਵਾ, ਸਾਡੀ ਨੈਕ ਸਟਿਫ ਰਹਿੰਦੀ ਹੈ, ਉਸ ਕਰਕੇ ਜਿਹੜੀ ਨੈਕ ਦੀਆਂ ਮਸਲਸ ਨੇ ਉਹਨਾਂ ਦੀ ਐਕਸਰਸਾਈਜ਼ ਉਨੀ ਵਧੀਆ ਨਹੀਂ ਹੋ ਪਾਉਂਦੀ ਹੈ। ਅਤੇ ਹੌਲੀ ਹੌਲੀ ਕੀ ਹੁੰਦਾ ਵਾ, ਜਿਹੜੇ ਸਾਡੇ ਮਨਕੇ ਨੇ ਨੈਕ ਵਾਲੇ ਸਭ ਤੋਂ ਕਮਜ਼ੋਰ ਔਰ ਸਭ ਤੋਂ ਪਤਲੇ ਮਨਕੇ ਹੁੰਦੇ ਨੇ ਸਾਡੇ, ਸਰਵਾਈਕਲ ਵਰਟੀਬਰਾਸ, ਉਹਨਾਂ ਨੂੰ ਸਾਡੀਆਂ ਮਾਸਪੇਸ਼ੀਆਂ ਨੇ ਹੀ ਆਪਣੀ ਜਗ੍ਹਾ 'ਤੇ ਪਕੜ ਕੇ ਰੱਖਿਆ ਹੁੰਦਾ। ਜਦੋਂ ਮਾਸਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ ਨੇ, ਉਹ ਮਨਕੇ ਆਪਣੀ ਜਗ੍ਹਾਵਾਂ ਤੋਂ ਮਾੜੀ ਮਾੜੀ ਪੋਜੀਸ਼ਨਿੰਗ ਚੇਂਜ ਕਰਦੇ ਨੇ। ਉਹਨਾਂ ਮਨਕਿਆਂ 'ਚੋਂ ਬੜੀਆਂ ਹੀ ਡੈਲੀਕੇਟ ਨਰਵਸ ਨਿਕਲ ਰਹੀਆਂ ਹੁੰਦੀਆਂ ਨੇ, ਜਿਹਨਾਂ 'ਤੇ ਜਦੋਂ ਦਬਾਅ ਪੈਂਦਾ ਹੋਇਆ ਕਿਸੇ ਮਰੀਜ਼ 'ਚ ਦਰਦ ਹੁੰਦੀ ਹੈ ਜੀ ਸਰਵਾਈਕਲ ਦੀ, ਉਹ ਕਹੇਗਾ ਮੇਰੀ ਦਰਦ ਬੜੀ ਹੁੰਦੀ ਹੈ ਸਰਵਾਈਕਲ ਦੇ, ਕਿਸੇ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਸੇ ਕਿਸੇ ਨੂੰ ਵੋਮਿਟਿੰਗਸ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਐਕਸਟ੍ਰੀਮ ਕੇਸਿਸ 'ਚ ਤਾਂ ਬੰਦੇ ਕੋਲੋਂ ਬੈਠਾ ਵੀ ਨਹੀਂ ਜਾਂਦਾ ਕਈਆਂ ਦੇ ਜੀ, ਬਿਲਕੁਲ। ਲੇਕਿਨ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਪ੍ਰੋਪਰ ਹੱਲ ਪੋਸੀਬਲ ਹੈ, ਲੇਕਿਨ ਸਭ ਤੋਂ ਪਹਿਲਾਂ ਹੱਲ ਕੀ ਹੈ ਕਿ ਜੋ ਤੁਸੀਂ ਬੈਠੇ ਹੋ, ਆਪਾਂ ਆਪਣੇ ਮੋਢੇ ਥੋੜ੍ਹੇ ਉੱਪਰ ਲਗਾਏ, ਫਿਰ ਥੱਲੇ ਲਾਏ ਹੋ, ਅੱਛਾ, ਫਿਰ ਉੱਪਰ ਲਗਾਏ, ਫਿਰ ਥੱਲੇ ਲਾਏ। ਹੁਣ ਆਪਾਂ ਇਹਦੇ 'ਚ ਗਲਤੀ ਕੀ ਕਰ ਲੈਂਦੇ ਕਿ ਆਪਾਂ ਯੋਗਾ ਵਾਲਿਆਂ ਦੇਖ ਕੇ ਨਾ ਅਸਰਾਸਰਾ ਕਰਨਾ ਸ਼ੁਰੂ ਕਰ ਦਿੰਦੇ ਤੇਜ਼ ਤੇਜ਼, ਉਹਦਾ ਕੋਈ ਫਾਇਦਾ ਨਹੀਂ ਹੈ। ਆਪਾਂ ਆਪਣੇ ਆਪ ਨੂੰ ਦੇਖਣਾ, ਆਪਾਂ ਇਹ ਨਹੀਂ ਦੇਖਣਾ ਕਿ ਬਾਕੀ ਯੋਗਾ ਵਾਲੇ ਕਿਸ ਤਰ੍ਹਾਂ ਕਰਦੇ ਨੇ, ਹੌਲੀ ਹੌਲੀ ਲਿਜਾਣੇ ਨੇ ਅਤੇ ਹੌਲੀ ਹੌਲੀ ਹੀ ਥੱਲੇ ਲੈ ਕੇ ਆਉਣੇ ਨੇ। ਸਪੀਡ ਜਿੰਨੀ ਸਲੋ ਨਾਲ ਥੱਲੇ ਲਿਆਵਾਂਗੇ, ਉਨਾ ਹੀ ਸਰਵਾਈਕਲ ਨੂੰ ਸਾਡੀ ਫਾਇਦਾ ਮਿਲੇਗਾ, ਉਨੇ ਹੀ ਸਾਡੇ ਚੱਕਰ ਜਿਹੜੇ ਨੇ ਉਹ ਘਟਣਗੇ। ਦੂਜੀ ਚੀਜ਼ ਜਿਹੜੀ ਕਰਨੀ ਹੈ, ਹੱਥ ਜੋੜ ਕੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਬੈਕ 'ਤੇ ਲੈ ਜਾਣਾ ਆਪਣੀ ਗਰਦਨ ਦੇ, ਔਰ ਉਹਦੇ ਨਾਲ ਵੀ ਪ੍ਰੈਸ਼ਰ ਅੱਗੇ ਨੂੰ ਅਤੇ ਗਰਦਨ ਨਾਲ ਪ੍ਰੈਸ਼ਰ ਮਾੜਾ ਜਿਹਾ ਪਿਛਲੇ ਪਾਸੇ ਨੂੰ। ਇਹ ਦੋ ਐਕਸਰਸਾਈਜ਼ ਤੁਸੀਂ ਆਪਣੀ ਲਾਈਫ 'ਚ ਸ਼ਾਮਿਲ ਕਰੋਗੇ ਅਤੇ ਸਰਵਾਈਕਲ ਕਰਕੇ ਹੋਣ ਵਾਲੇ ਜਿਹੜੇ ਚੱਕਰ ਨੇ ਉਹ ਕਾਫ਼ੀ ਘੱਟ ਜਾਣਗੇ। ਖਾਣ ਦੇ ਅੰਦਰ ਸੁੰਡ ਜਿਹੜੀ ਹੈ, ਚਾਹੇ ਤੁਹਾਡੀ ਪੋਸਟਰਲ ਹਾਈਪੋਟੈਂਸ਼ਨ ਹੈ ਅਤੇ ਚਾਹੇ ਤੁਹਾਡੀ ਸਰਵਾਈਕਲ ਕਰਕੇ ਚੱਕਰ ਨੇ ਅਤੇ ਚਾਹੇ ਉਹਦੇ ਕਰਕੇ ਵੋਮਿਟਿੰਗ ਆ ਰਹੀ ਹੈ, ਡਿਪੈਂਡਿੰਗ ਅਪੋਨ ਯੂਅਰ ਬੋਡੀ ਟਾਈਪ ਕਿ ਤੁਹਾਡਾ ਸਰੀਰ ਗਰਮੀ ਖੋਰਾ ਹੈ ਜਾਂ ਵਾਈ ਖੋਰਾ ਹੈ। ਜੇ ਗਰਮੀ ਖੋਰਾ ਤਾਂ ਘੱਟ ਸੁੰਡ ਲੈਣੀ ਹੈ, ਫਿਰ ਤੁਸੀਂ ਲੈਣੀ ਹੈ ਜੀ 250 ਮਿਲੀਗ੍ਰਾਮ ਜਾਂ 500 ਮਿਲੀਗ੍ਰਾਮ ਸਵੇਰੇ ਅਤੇ ਸ਼ਾਮੀ ਦੁੱਧ ਨਾਲ। ਜੇ ਵਾਈ ਖੋਰਾ ਸਰੀਰ ਹੈ ਫਿਰ ਤੁਸੀਂ 1 ਗ੍ਰਾਮ ਤਿਕਨ ਵੀ ਲੈ ਸਕਦੇ ਹੋ ਦੁੱਧ ਦੇ ਨਾਲ। ਜੇ ਤੁਸੀਂ ਇਹ ਲਓਗੇ ਤਾਂ ਮਹੀਨੇ ਕੁ ਦੇ ਅੰਦਰ ਤੁਸੀਂ ਦੇਖੋਗੇ ਕਿ ਚੱਕਰ ਬਹੁਤ ਘਟਣਗੇ ਤੁਹਾਡੇ। ਔਰ ਅਗਰ ਕੈਪਸੂਲ ਖਾਣੇ ਚਾਹੋ ਫਿਰ ਰਿਊਮੋ ਕੇਅਰ ਕੈਪਸੂਲ ਅਵੇਲੇਬਲ ਨੇ US ਦੇ ਅੰਦਰ, ਉੱਥੇ ਲੈ ਸਕਦੇ, ਸੰਪਰਕ ਕਰ ਸਕਦੇ ਡਾਕਟਰ ਸਾਹਿਬ ਨੂੰ। ਡਾਕਟਰ ਸਾਹਿਬ ਵੈਸੇ ਬ੍ਰੇਕ ਦਾ ਸਮਾਂ ਸੀਗਾ, ਬ੍ਰੇਕ ਹੁਣ ਅਸੀਂ ਨਹੀਂ ਲੈ ਰਹੇ ਅਤੇ ਬ੍ਰੇਕ ਨੂੰ ਅਸੀਂ ਥੋੜ੍ਹਾ ਜਿਹਾ ਪਹਿਲਾਂ ਪ੍ਰੋਗਰਾਮ ਖਤਮ ਕਰ ਦਾਂਗੇ, ਵਾਈਂਡ ਅਪ ਕਰਾਂਗੇ। ਅੱਛਾ, ਇੱਕ ਜਿਹੜੀ ਸ਼ੂਗਰ ਦੀ ਅਸੀਂ ਹਮੇਸ਼ਾ ਗੱਲ ਕਰੀ ਦੀ ਹੈ, ਕੋਈ ਬੰਦੇ ਇੱਥੇ ਕਹਿੰਦੇ ਸੀਗੇ ਵੀ ਉਹ ਕੌਲੀ ਸਵੇਰੇ ਸਵੇਰੇ ਕੌਲੀ ਦੇ ਉੱਪਰ ਬੈਠ ਕੇ ਕੋਈ ਕੌਲੀ ਲੈ ਕੇ ਉਹਦੇ 'ਤੇ ਬੈਠਣਾ ਅਤੇ ਰੀੜ ਦੀ ਹੱਡੀ ਮਤਲਬ ਸਿੱਧੀ ਉਹਦੇ ਕੌਲੀ ਦੇ ਸੈਂਟਰ 'ਤੇ ਆਵੇ ਅਤੇ ਬੈਠ ਕੇ ਪੈਰ ਜੋੜ ਕੇ ਅਤੇ ਪਾਣੀ ਪੀਓ 10-15 ਮਿੰਟ, ਉਹਨਾਂ ਸ਼ੂਗਰ ਘੱਟ ਜਾਂਦੀ। ਇਹਦਾ ਕੋਈ ਹੈ ਲੌਜਿਕ ਜਾਂ ਕੋਈ ਵੈਸੇ ਹੀ ਹੈਗਾ? ਉਹ ਬੰਦਾ ਕਹਿੰਦਾ ਮੇਰੀ ਘਟੀ ਆ। ਦੇਖੋ, ਜਦੋਂ ਵੀ ਆਪਾਂ ਕੋਈ ਵੀ ਐਸੀ ਚੀਜ਼ ਕਰਾਂਗੇ ਜਿਹਦੇ ਨਾਲ ਸਾਡੀ ਪੈਨਕ੍ਰੀਅਸ ਦੀ ਬਲੱਡ ਸਰਕੂਲੇਸ਼ਨ ਇੰਪਰੂਵ ਹੋਏਗੀ, ਉਹ ਡੈਫੀਨੇਟਲੀ ਸਾਨੂੰ ਬਲੱਡ ਸ਼ੂਗਰ 'ਚ ਫਾਇਦਾ ਕਰੇਗਾ, ਬਹੁਤ ਜ਼ਿਆਦਾ ਨਹੀਂ। ਮਤਲਬ ਦੇਖੋ, ਹੁੰਦਾ ਕੀ ਹੈ ਕਿ ਆਪਾਂ ਹਰ ਚੀਜ਼ 'ਚ ਨਾ ਇੱਕ ਆਦਤ ਹੈ ਸਾਨੂੰ ਕਿ ਕਿਸੇ ਨੂੰ 10 ਪੈਸੇ ਫਰਕ ਪੈਂਦਾ ਨਾ, ਸਾਡੀ ਆਦਤ ਹੁੰਦੀ, ਆਪਾਂ ਕਹਿੰਦੇ ਜਿਹਦੇ ਨਾਲ ਪੂਰਾ ਹੀ ਠੀਕ ਹੋ ਜਾਂਦਾ, ਠੀਕ ਹੋ ਗਿਆ, ਹਾਂਜੀ ਪੂਰਾ ਹੋਏਗਾ। ਲੇਕਿਨ ਡੈਫੀਨੇਟਲੀ ਅਗਰ ਆਪਾਂ ਇਸ ਪੋਸਚਰ 'ਚ ਬਹਿੰਦੇ ਹਾਂ, ਇਹ ਜਿਹੜਾ ਪੋਸਚਰ ਤੁਸੀਂ ਦੱਸ ਰਹੇ ਹੋ ਇਹਦੇ 'ਚ ਬਹਿਣ ਦੇ ਨਾਲ ਜਿਹੜਾ ਸਾਡਾ ਪੈਨਕ੍ਰੀਆਜ਼ ਹੈ ਉਹਦੀ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ, ਔਰ ਉਸੇ ਕਰਕੇ ਹੀ ਜਦੋਂ ਦੀ ਬਲੱਡ ਸਰਕੂਲੇਸ਼ਨ ਇੰਪਰੂਵ ਹੋਏਗੀ ਉਹ ਥੋੜ੍ਹਾ ਬੈਟਰ ਕੰਮ ਕਰੇਗਾ ਅਤੇ ਸਾਡੀ ਬਲੱਡ ਸ਼ੂਗਰ 'ਚ ਫਾਇਦਾ ਵੀ ਮਿਲੇਗਾ। ਅਤੇ ਮਾੜਾ ਨਹੀਂ ਹੈ ਚੀਜ਼ ਕਰਨਾ, ਲੇਕਿਨ ਇਹ ਸੋਚ ਲੈਣਾ ਕਿ ਇਹ ਚੀਜ਼ ਨਾਲ ਸ਼ੂਗਰ ਠੀਕ ਹੋ ਜਾਏਗੀ ਉਹ ਮਾੜਾ ਵਾ ਜੀ। ਬਿਲਕੁਲ, ਕੋਈ ਕੋਈ ਨਾ ਕੋਈ ਫਾਇਦਾ, ਜਿਵੇਂ ਅਸੀਂ ਸੈਰ ਦੀ ਗੱਲ ਕਰਦੇ ਹਾਂ ਜਾਂ ਤੁਰਨ ਫਿਰਨ ਦੀ ਗੱਲ ਕਰਦੇ, ਐਕਸਰਸਾਈਜ਼ ਦੀ ਗੱਲ ਕਰਦੇ ਹਾਂ, ਤਾਂ ਉਹ ਵੀ ਮਤਲਬ ਬਲੱਡ ਸਰਕੂਲੇਸ਼ਨ ਦੇ ਹਿਸਾਬ ਨਾਲ ਹੀ ਬਲੱਡ ਸ਼ੂਗਰ ਜਿਹੜੀ ਉਹ ਘੱਟਦੀ ਹੈਗੀ ਹੈ। ਪਰ ਸਮੱਸਿਆ ਕਈਆਂ ਦੀ ਇਹ ਹੈ ਕਿ ਇੱਕਦਮ ਵੱਧ ਗਈ ਇੱਕਦਮ ਘੱਟ ਗਈ, ਉਹ ਕੀ ਕਾਰਨ ਹੁੰਦਾ ਜੀ? ਸਾਡੇ ਇੱਕ ਮਿੱਤਰ ਹੈਗੇ ਨੇ, ਉਹ ਕਹਿੰਦੇ ਸੀ ਪੁੱਛੋ ਡਾਕਟਰ ਸਾਹਿਬ ਨੂੰ, ਅਸੀਂ ਮਿਡਵੈਸਟ ਗਏ ਸੀ ਉੱਥੇ ਜਿੱਦਣ ਆਪਾਂ ਉੱਥੋਂ ਪ੍ਰੋਗਰਾਮ ਕੀਤਾ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਪੁੱਛੋ ਵੀ ਉਹਦੀ ਸ਼ੂਗਰ ਘੱਟ ਵੀ ਜਾਂਦੀ ਬਹੁਤ ਅਤੇ ਵੱਧ ਵੀ ਜਾਂਦੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਕਈ ਤਰੀਕੇ ਨੇ ਜੀ। ਇੱਕ ਤਰੀਕਾ ਵਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦਾ, ਵਾਕ ਕਰਕੇ ਨੈਚੁਰਲ ਤਰੀਕੇ ਦੇ ਨਾਲ, ਅਗਰ ਇਸ ਤਰ੍ਹਾਂ ਕੀਤਾ ਜਾਏਗਾ ਕਦੀ ਵੀ ਅਬਰਪਟਲੀ ਵਧੇਗੀ ਜਾਂ ਘਟੇਗੀ ਨਹੀਂ। ਨਹੀਂ, ਕਾਰਨ ਡਾਕਟਰ ਸਾਹਿਬ ਕੀ ਹੈ? ਡਾਕਟਰ ਸਾਹਿਬ ਕਾਰਨ ਕੀ ਹੈ ਜਿਹੜੀ ਆਮ ਤੌਰ 'ਤੇ ਦੇਖਿਆ ਕਿ ਵੱਧਦੀ ਹੁੰਦੀ ਹੈ ਜਾਂ ਬੰਦੇ ਦੀ ਘੱਟਦੀ ਹੁੰਦੀ ਹੈ, ਦੋਨੋਂ ਚੀਜ਼ਾਂ ਇੱਕ ਬੰਦੇ ਦੇ ਵਿੱਚ ਇਹਦਾ ਕੀ ਕਾਰਨ? ਜੇ ਆਪਾਂ ਕੋਈ ਵੀ ਪੈਨਕ੍ਰੀਟਿਕ ਸਟਿਮੂਲੈਂਟ ਲੈ ਲੈਂਦੇ ਹਾਂ ਜੱਗੀ ਜੀ, ਆਮ ਤੌਰ 'ਤੇ ਜਦੋਂ ਆਪਾਂ ਐਲੋਪੈਥਿਕ ਦਵਾਈਆਂ ਖਾਂਦੇ ਹਾਂ ਤਾਂ ਉਹ ਪੈਨਕ੍ਰੀਟਿਕ ਸਟਿਮੂਲੈਂਟਸ ਨੇ। ਪੈਨਕ੍ਰੀਆਸ ਨੂੰ ਜਿਵੇਂ ਇੱਕ ਘੋੜੇ ਨੂੰ ਚਾਬੁਕ ਮਾਰ ਕੇ ਭਜਾਇਆ ਜਾਂਦਾ ਨਾ ਕਿ ਚੱਲ ਜਲਦੀ ਜਲਦੀ ਭੱਜ, ਇਸ ਤਰ੍ਹਾਂ ਹੀ ਜਦੋਂ ਆਪਾਂ ਮੈਟਫੋਰਮਿਨ ਖਾਂਦੇ ਹਾਂ, ਗਲਾਈਮੀਪ੍ਰਾਈਡ ਖਾਂਦੇ ਹਾਂ ਜਾਂ ਕੋਈ ਵੀ ਐਸੀਆਂ ਮੈਡੀਕੇਸ਼ਨਸ ਖਾਂਦੇ ਹਾਂ, ਉਹ ਇੱਕ ਚਾਬੁਕ ਹੈ ਜਿਹੜਾ ਪੈਨਕ੍ਰੀਆਸ ਨੂੰ ਇਹ ਕਹਿੰਦਾ ਚੱਲ ਵੀ ਪੂਰੀ ਸਪੀਡ ਦੇ ਉੱਪਰ ਵਰਕ ਕਰੋ। ਹੁਣ ਚਾਬੁਕ ਨਾਲ ਕਦੀ ਤਾਂ ਘੋੜਾ ਭੱਜ ਲਏਗਾ ਅਤੇ ਕਦੀ ਜੇ ਬਹੁਤਾ ਥੱਕਿਆ ਹੋਏਗਾ ਤਾਂ ਬਿਲਕੁਲ ਬਹਿ ਵੀ ਜਾਏਗਾ, ਨਹੀਂ ਭੱਜੇਗਾ ਜਿੰਨੇ ਮਰਜ਼ੀ ਚਾਬੁਕ ਖਾ ਲਏਗਾ।
ਠੀਕ ਐਸੇ ਤਰੀਕੇ ਨਾਲ ਜਦੋਂ ਸਾਡਾ ਪੈਨਕ੍ਰੀਆਸ ਠੀਕ ਨਹੀਂ ਹੈ ਪੈਨਕ੍ਰੀਟਿਕ ਸਟਿਮੂਲੈਂਟਸ ਖਾਣ ਨਾਲ ਕਦੀ ਉਹ ਓਵਰਵਰਕ ਵੀ ਕਰੇਗਾ ਬਲੱਡ ਸ਼ੂਗਰ ਘੱਟ ਜਾਏਗੀ ਕਦੀ ਉਹ ਬਿਲਕੁਲ ਹੀ ਕੰਮ ਨਹੀਂ ਕਰੇਗਾ ਬਲੱਡ ਸ਼ੂਗਰ ਵੱਧ ਜਾਏਗੀ ਔਰ ਥਰਡਲੀ ਅਗਰ ਆਪਾਂ ਇਨਸੂਲਿਨ ਲਗਾ ਰਹੇ ਹਾਂ ਉੱਥੇ ਤੇ ਇੰਟਾਇਰਲੀ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਡੋਜੇਜ ਆਫ ਇਨਸੂਲਿਨ ਕੀ ਹੈ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਮੈਂ ਆਪਣੇ ਸਾਰੇ ਭਰਾਵਾਂ ਨੂੰ ਦੱਸਣਾ ਚਾਹਾਂਗਾ ਉਹ ਇਹ ਹੈ ਕਿ ਅਗਰ ਸਾਡੀ ਬਲੱਡ ਸ਼ੂਗਰ ਰੂਟੀਨ 'ਚ ਹਾਈ ਰਹਿ ਰਹੀ ਹੈ ਆਪਾਂ ਦਵਾਈਆਂ ਖਾ ਰਹੇ ਹਾਂ ਔਰ ਇਨਸੂਲਿਨ ਲਗਵਾ ਰਹੇ ਹਾਂ ਆਲ ਆਫ ਅ ਸਡਨ ਅਗਰ ਸਾਡੀ ਬਲੱਡ ਸ਼ੂਗਰ ਘਟਣੀ ਸ਼ੁਰੂ ਹੋ ਜਾਵੇ ਇੱਕਦਮ ਘਟਣੀ ਸ਼ੁਰੂ ਹੋ ਜਾਵੇ ਸਾਨੂੰ ਇਮੀਡੀਏਟਲੀ ਆਪਣੀ ਕਿਡਨੀਆਂ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਇਹ ਬੜਾ ਜ਼ਰੂਰੀ ਹੈ ਆਪਾਂ ਬੜੀ ਬਰੀ ਇਗਨੋਰ ਕਰਦੇ ਹਾਂ ਕਿਉਂਕਿ ਅਗਰ ਕਿਸੇ ਦੀ ਕਿਡਨੀ ਥੋੜੀਆਂ ਜਿਹੀਆਂ ਡੈਮੇਜ ਹੋਣੀਆਂ ਸ਼ੁਰੂ ਹੁੰਦੀਆਂ ਨੇ ਤੇ ਉਹਦੀ ਬਲੱਡ ਸ਼ੂਗਰ ਵਧਣ ਦੀ ਜਗ੍ਹਾ ਘਟਣੀ ਸ਼ੁਰੂ ਹੋ ਜਾਂਦੀ ਅਗਰ ਉਹ ਟਾਈਪ ਜੀ ਡਾਕਟਰ ਸਾਹਿਬ ਕਾਲ ਹੋਰ ਹੈਗੀ ਪਰ ਆਪਾਂ ਨੂੰ ਸਮਾਪਤ ਕਰਨਾ ਪੈਣਾ ਕਿਉਂਕਿ ਬ੍ਰੇਕ ਆਪਾਂ ਨਹੀਂ ਲਈ ਅਤੇ ਬ੍ਰੇਕ ਉਹ ਹੁਣ ਐਡਜਸਟ ਕਰਨੀ ਪੈਣੀ ਆ ਅਤੇ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਜਾਂ ਤੁਸੀਂ ਤੁਹਾਨੂੰ ਮੈਂ ਬੇਨਤੀ ਕਰਦਾ ਸਾਡੇ ਦਰਸ਼ਕਾਂ ਨੂੰ ਵੀ ਡਾਕਟਰ ਸਾਹਿਬ ਦਾ ਨੰਬਰ ਸਕਰੀਨ 'ਤੇ ਆ ਰਿਹਾ ਅਤੇ ਉੱਥੇ ਕਾਲ ਕਰਕੇ ਤੁਸੀਂ ਡਾਇਰੈਕਟ ਜਿਹੜੀ ਆ ਹੁਣ ਇਸ ਟਾਈਮ ਹੀ ਗੱਲ ਕਰ ਸਕਦੇ ਹੋ ਗੁਰਿੰਦਰ ਸਿੰਘ ਹੁਣਾਂ ਦਾ ਨੰਬਰ ਹੈਗਾ 916 ਏਰੀਆ ਕੋਡ ਤੋਂ ਕਾਲ ਜਿਹੜੀ ਅਗਲੀ ਆ ਰਹੀ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੰਦੇ ਹੋ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਜੁੜਦੇ ਨੇ ਮੰਗਲਵਾਰ ਦੀ ਮੰਗਲਵਾਰ ਕੋਈ ਵੀ ਤੁਹਾਡਾ ਸਵਾਲ ਹੋਵੇ ਤਾਂ ਕਰ ਸਕਦੇ ਹੋ ਹੁਣ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਡਾਕਟਰ ਸਾਹਿਬ ਨੂੰ ਡਾਇਰੈਕਟ ਕਾਲ ਕਰਕੇ ਅਤੇ ਆਪਣਾ ਸਵਾਲ ਜਿਹੜਾ ਉਹਨਾਂ ਨੂੰ ਰੱਖ ਸਕਦੀਆਂ ਨੇ ਤੁਹਾਡਾ ਵੀ ਕੋਈ ਸਿਹਤ ਸੰਬੰਧੀ ਸਵਾਲ ਹੋਵੇ ਤਾਂ ਡਾਕਟਰ ਸਾਹਿਬ ਨੂੰ ਕਾਲ ਡਾਇਰੈਕਟ ਕਰਕੇ ਵੀ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ ਫਿਲਹਾਲ ਪ੍ਰੋਗਰਾਮ ਦੀ ਸਮਾਪਤੀ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਪ੍ਰੋਗਰਾਮ ਚੋਣ ਕਰਾਉਣਾ ਚਾਹੁੰਦੇ ਹੋ ਆਪਣੇ ਏਰੀਆ ਦੇ ਵਿੱਚ ਤਾਂ ਈਮੇਲ ਕਰ ਸਕਦੇ jaggi@jasbroadcasting.com ਜਾਂ ਫਿਰ info@jasbroadcasting.com ਅਤੇ ਨਾਲ ਦੀ ਨਾਲ ਸੈੱਲ ਨੰਬਰ ਮੇਰਾ ਤੁਹਾਡੇ ਕੋਲ ਹੈਗਾ ਉੱਤੇ ਵੀ ਸੰਪਰਕ ਕਰ ਸਕਦੇ ਹੋ ਅਤੇ ਦੋ ਅਨਾਊਂਸਮੈਂਟਾਂ ਛੋਟੀਆਂ ਛੋਟੀਆਂ ਫਟਾਫਟ ਕਰ ਦੇਵਾਂ ਇੱਕ ਤਾਂ ਸਟੋਕਟਨ ਗੁਰੂ ਘਰ ਦੇ ਵਿੱਚ ਇਸ ਸ਼ਨੀਵਾਰ ਨੂੰ ਭਾਈ ਪਿੰਦਰਪਾਲ ਸਿੰਘ ਜੀ ਖਾਲਸਾ ਆ ਰਹੇ ਨੇ ਸ਼ਾਮ ਨੂੰ 5 ਵਜੇ ਤੋਂ ਕੀਰਤਨ ਦਰਬਾਰ ਜਿਹੜਾ ਉਹਨਾਂ ਦਾ ਸ਼ੁਰੂ ਹੋਏਗਾ ਉਹਨਾਂ ਦੀ ਕਥਾ ਸ਼ੁਰੂ ਹੋਏਗੀ ਸਟੋਕਟਨ ਗੁਰੂ ਘਰ ਸਿੱਖ ਟੈਂਪਲ ਸਟੋਕਟਨ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਕੱਲ੍ਹ ਤੋਂ ਬੁੱਧਵਾਰ ਤੋਂ ਸਮਾਗਮ ਸ਼ੁਰੂ ਹੋ ਰਹੇ ਨੇ ਸੰਤ ਸਾਗਰ ਗੁਰਦੁਆਰਾ ਸੈਕਰਾਮੈਂਟੋ ਦੇ ਵਿੱਚ ਵੀ ਜਿੱਥੇ ਬਹੁਤ ਸਾਰੇ ਕੀਰਤਨੀ ਜਿੱਥੇ ਪਹੁੰਚ ਰਹੇ ਨੇ ਅਤੇ ਸੰਤ ਅਨੂਪ ਸਿੰਘ ਉਨੇ ਵਾਲੇ ਸ਼ਨੀਵਾਰ ਨੂੰ ਕੀਰਤਨ ਕਰਨਗੇ ਸੋ ਸਾਰੇ ਉੱਥੇ ਪਹੁੰਚ ਕੇ ਦਰਸ਼ਨ ਕਰੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ